ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਟਰੱਕਿੰਗ ਨਾਲ ਜੁੜੀਆਂ ਹੋਈਆਂ ਗੱਲਾਂ ਪਤਾ ਕਰੀ ਦੀਆਂ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਜ਼ਿਆਦਾ ਫੰਡਿੰਗ ਦੀ ਜਿਹੜੀ ਗੱਲ ਹੈ ਉਹ ਕਰੀ ਦੀ ਹੈ ਫੈਕਟਰੀਂਗ ਦੀ ਗੱਲ ਕਰੀ ਦੀ ਹੈ ਫਿਊਲ ਡਿਸਕਾਊਂਟ ਕਾਰਡ ਦੀ ਗੱਲ ਕਰੀ ਦੀ ਹੈ ਜਾਂ ਫਿਰ ਅਗਰ ਟਰੱਕ ਤੁਹਾਡਾ ਖੜਾ ਹੈ ਤੁਸੀਂ ਜਾ ਨਹੀਂ ਰਹੇ ਤੁਹਾਡਾ ਲੋਡ ਨਹੀਂ ਲੱਗ ਰਿਹਾ ਮੰਨ ਲਓ ਤੁਸੀਂ ਇੰਡੀਆ ਗਏ ਹੋ ਤਾਂ ਇੰਸ਼ੋਰੈਂਸ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਨਹੀਂ ਆ ਇਹਨਾਂ ਹਾਲਾਤਾਂ ਦੇ ਵਿੱਚ ਉਹਦੀ ਗੱਲ ਕਰੀਦੀ ਆ ਕਿ ਕਿਵੇਂ ਅਸੀਂ ਇੰਸ਼ੋਰੈਂਸ ਦੇਣ ਤੋਂ ਬਚ ਸਕਦੇ ਹਾਂ ਅਗਰ ਸਾਡਾ ਟਰੱਕ ਖੜਾਤਾ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਅਕਸਰ ਸਾਡੇ ਨਾਲ ਜੁੜਦੇ ਨੇ ਕੰਪਸ ਫੰਡਿੰਗ ਸੋਲੂਸ਼ਨ ਤੋਂ ਸਰਦਾਰ ਦਵਿੰਦਰ ਸਿੰਘ ਜੀ ਅੱਗੇ ਕਈ ਵਾਰ ਸਕਾਈਪ ਤੇ ਜੁੜਦੇ ਨੇ ਤੇ ਕਈ ਵਾਰੀ ਜਦੋਂ ਕੈਲੀਫੋਰਨੀਆ ਆਉਂਦੇ ਨੇ ਸਾਡੇ ਸਟੂਡੀਓ ਦੇ ਵਿੱਚ ਆਉਂਦੇ ਨੇ ਅੱਜ ਵੀ ਸਟੂਡੀਓ ਦੇ ਵਿੱਚ ਆਏ ਆ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਨਾਲ ਦੀ ਨਾਲ ਫਿਰ ਗੱਲਬਾਤ ਇਹਨਾਂ ਨਾਲ ਕਰਾਂਗੇ ਜੀ ਦਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕੈਲੀਫੋਰਨੀਆ ਵਿੱਚ ਵੀ ਤੇ ਸਟੂਡੀਓ ਵਿੱਚ ਵੀ ਥੈਂਕ ਯੂ ਜੀ ਥੈਂਕ ਯੂ ਤੇ ਹੋਰ ਸਭ ਕਿਵੇਂ ਲੱਗਿਆ ਜੀ ਆ ਕੇ ਫਿਰ ਇੱਧਰ ਕੈਲੀਫੋਰਨੀਆ ਛਿਕਾਗੋ ਤੋਂ ਆ ਕੇ ਕਿਵੇਂ ਮਹਿਸੂਸ ਹੁੰਦਾ ਇੱਥੇ ਤਾਂ ਬਹੁਤ ਗਰਮੀ ਪਈ ਹੈ ਗਰਮੀ ਹੈ ਕਾਫੀ ਗਰਮੀ ਹੈ ਕਾਫੀ ਗਰਮੀ ਪਈ ਹੈ ਹਾਂ ਜੀ ਤੇ ਸੈਕਿੰਡ ਅਗਰ ਗੱਲ ਕਰੀਏ ਤਾਂ ਗਰਮੀ ਤੋਂ ਇਲਾਵਾ ਇੱਥੇ ਗੈਸ ਵੀ ਮਹਿਸੂਸ ਹੁੰਦੀ ਹਣੀ ਪਾਣੀ ਹਾਂਜੀ ਫਿਊਲ ਵੀ ਫਿਊਲ ਦਾ 파 ਜਿਹੜਾ ਬਹੁਤ ਵੱਧਾ ਪਿਆ ਵੇ ਤੇ ਦੇਖੋ ਹੁਣ ਹੁਣ ਤੇ ਜੋ ਡਿਸਕਾਊਂਟ ਦਾ ਲੋਡ ਹੈ ਹੀ ਹੈ ਜੀ ਫਿਊਲ ਕਾਰਡ ਦਾ ਪਰ ਉਹਦੇ ਬਾਰੇ ਅਸੀਂ ਫੇਰ ਗੱਲ ਕਰਾਂਗੇ ਜੀ ਹੁਣ ਇਹੀ ਗੱਲ ਅਸੀਂ ਤਾਂ ਹੀ ਕੈਲੀਫੋਰਨੀਆ ਦੀ ਖਾਸ ਤੌਰ ਤੇ ਗੱਲ ਕਰੀਏ ਵੈਸੇ ਤਾਂ ਪੂਰੀ ਅਮਰੀਕਾ ਦੀ ਗੱਲ ਕਰੀਏ ਤਾਂ ਇੱਕ ਜ਼ਰੂਰਤ ਹੈਗੀ ਆ ਹਾਂਜੀ ਕਿਉਂਕਿ ਟਰਕਿੰਗ ਨਾਲ ਸਬੰਧਤ ਦੋ ਤਿੰਨ ਚੀਜ਼ਾਂ ਤਾਂ ਹੈਗੀਆਂ ਹੀ ਹੈਗੀਆਂ ਜਿਹਦੇ ਤੂੰ ਟਰੱਕ ਲੈ ਰਿਆ ਤੇ ਉਹਦੇ ਨਾਲ ਉਹਨੇ ਚੱਲਣਾ ਵੀ ਹੈ ਚੱਲੇਗਾ ਤਾਂ ਪੈਸੇ ਆਉਣੇ ਆ ਬਿਲਕੁਲ ਤੇ ਚੱਲੇਗਾ ਤੇ ਉਹਦੇ ਚ ਕੈਸ਼ ਵੀ ਪੈਣੀ ਹੈ ਫਿਊਲ ਪੈਣਾ ਫਿਊਲ ਵੀ ਪੈਣਾ ਤੇ ਚੱਲੇ ਨਾ ਚੱਲੇ ਇੰਸ਼ੋਰੈਂਸ ਪੈਣੀ ਪੈਣੀ ਹੈ ਹਾਂਜੀ ਸੋ ਇਹ ਸਾਰੀਆਂ ਚੀਜ਼ਾਂ ਦਾ ਹਾਲ ਦੱਸਣ ਵਾਸਤੇ ਅਸੀਂ ਗੱਲ ਕਰੀ ਦੀ ਪਰ ਮੈਂ ਅੱਜ ਥੋੜਾ ਜਿਹਾ ਵੱਖਰੇ ਸਵਾਲ ਤੋਂ ਗੱਲ ਸ਼ੁਰੂ ਕਰਨੀ ਚਾਹੁੰਨਾ ਠੀਕ ਹੈ ਸਾਡੇ ਦਰਸ਼ਕਾਂ ਵਾਸਤੇ ਹਾਂਜੀ ਸਾਡੇ ਬਾਲੇ ਜਿਹੜੇ ਦੋਸਤ ਵੀ ਤੇਰੇ ਦੱਸਦੇ ਨੇ ਵੀ ਅਸੀਂ ਉਹ ਲੋਡ ਲੈ ਲੈਂਦੇ ਨੇ ਹਾਂਜੀ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਭਾਈ ਇਹ ਕਿੰਨੇ ਫੈਕਟਰੀਂ ਤੁਹਾਡੀ ਕੀ ਆ ਕਿੰਨੀ ਦੇਰ ਬਾਅਦ ਪੈਸੇ ਮਿਲਣੇ ਨਹੀਂ ਮਿਲਣੇ ਤੇ ਉਹ ਕਹਿੰਦੇ ਜੀ ਨਹੀਂ ਕੋਈ ਨਹੀਂ ਕਰਦੀ ਗੱਲ ਆ ਆਪਣੇ ਖਾਸ ਬੰਦੇ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਉਹ ਫਿਰ ਪ੍ਰੋਬਲਮ ਆਉਂਦੀ ਜਦੋਂ ਆਉਂਦੀ ਤਾਂ ਬਹੁਤ ਵੱਡੀ ਆ ਹਾਂਜੀ ਤੇ ਪੈਸੇ 30 ਦਿਨ ਤੱਕ ਹੀ ਕਈ ਵਾਰ 90 90 ਦਿਨ ਲੱਗ ਜਾਂਦੇ ਆ ਤੇ ਪੈਸੇ ਨਹੀਂ ਮਿਲਦੇ ਇਹ ਜਦੋਂ ਲੋਡ ਕੋਈ ਲੈਂਦਾ ਸਾਡਾ ਕੋਈ ਟਰੱਕ ਵਾਲਾ ਵੀਰ ਪੈਣ ਪੈਣਾ ਵੀ ਚਲਾਉਂਦੀਆਂ ਨੇ ਅੱਜ ਕੱਲ ਤਾਂ ਤਾਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤਿਆਰ ਰੱਖਣੇ ਚਾਹੀਦੇ ਲੋਡ ਲੈਣ ਵਾਲੇ ਜਿਹੜੀ ਫੈਕਟਰੀ ਦੀ ਆਪਾਂ ਗੱਲ ਕਰਦੇ ਹਾਂ ਭਾਜੀ ਇਹ ਜਿਹੜਾ ਸਵਾਲ ਬਹੁਤ ਤਕੜਾ ਸਵਾਲ ਹੈ ਐਕਚੁਅਲੀ ਜਿਹੜੀ ਪ੍ਰੋਬਲਮ ਹੈਗੀ ਹੈ ਨਾ ਇਹ ਬੜੀ ਵੱਡੀ ਪ੍ਰੋਬਲਮ ਹੈ ਹੁਣ ਕਈ ਚੀਜ਼ ਆ ਦੇ ਚੱਕੀਆਂ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਥੋੜਾ ਜਿਹਾ ਧਿਆਨ ਦੇਈਏ ਇੱਕ ਤੇ ਜਦੋਂ ਤੁਸੀਂ ਫੈਕਟਰ ਕਰਦੇ ਹੋ ਉਹ ਬਿਸ਼ੱਕ ਅਸੀਂ ਕਹਿੰਦੇ ਹਾਂ ਜਿਵੇਂ ਅਸੀਂ ਕੰਪਾਸ ਦੇ ਨਾਲ ਫੈਕਟਰ ਕਰਦੇ ਪਏ ਹੈ ਨਾ ਅਸੀਂ ਦਿੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਬ੍ਰੋਕਰ ਚੈਕਲਿਸਟ ਜਾਂ ਬ੍ਰੋਕਰ ਹੈਲਥ ਲਿਸਟ ਹੈ ਨਾ ਉਹ ਤੁਸੀਂ 24 ਘੰਟੇ ਤੁਸੀਂ ਲੌਗ ਇਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬ੍ਰੋਕਰ ਤੋਂ ਮੈਂ ਚੁਕਦਾ ਪਿਆ ਉਹ ਲੋਡ ਹੈ ਨਾ ਉਹਨਾਂ ਦਾ ਸਕੋਰ ਕੀ ਹੈ ਉਹਨਾਂ ਦਾ ਕ੍ਰੈਡਿਟ ਸਕੋਰ ਕੀ ਹੈ ਉਹ ਕਿੰਨੇ ਦਿਨ ਸਾਨੂੰ ਪੈਸੇ ਦਿੰਦੇ ਨੇ ਜਾਂ ਨਾ ਦਿੰਦੇ ਨੇ ਜੀ ਤੇ ਕਈ ਬ੍ਰੋਕਰ ਐ ਵੀ ਹੈਗੇ ਨੇ ਜਿਹੜੇ ਉਹਦੇ ਉੱਤੇ ਲਿਸਟ ਉੱਤੇ ਨੋ ਬਾਇ ਨੇ ਬਸ ਸਾਡੇ ਲਈ ਨਹੀਂ ਪਰ ਕਈ ਫੈਕਟਰੀਂਗ ਕੰਪਨੀਆਂ ਦੇ ਲਈ ਨੋ ਬਾਇ ਨੋ ਬਾਇਨ ਮਤਲਬ ਇਹਦਾ ਕੀ ਮਤਲਬ ਇਹਦਾ ਮਤਲਬ ਭਾਜੀ ਹੈਗਾ ਕਿ ਦੇਖੋ ਜੇ ਤੁਸੀਂ ਉਹਨਾਂ ਦਾ ਲੋਡ ਚੁੱਕਿਆ ਤੇ ਫੈਕਟਰੀਂਗ ਜਿਹੜੀ ਕੰਪਨੀ ਹੈ ਉਹ ਤੁਹਾਨੂੰ ਪੈਸੇ ਐਡਵਾਂਸ ਨਹੀਂ ਦੇਗੀ ਕਿਉਂਕਿ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਬ੍ਰੋਕਰ ਹੈ ਇਹਨਾਂ ਨੇ ਪਹਿਲੇ ਵੀ ਪੰਗਾ ਪਾਇਆ ਹੋਇਆ ਹੈ ਅੱਛਾ ਜੀ ਹਾਂ ਜੀ ਪਰ ਜੇ ਤੁਸੀਂ ਉਹ ਚੈੱਕ ਨਾ ਕਰੋ ਤੁਸੀਂ ਲੋਡ ਚੁੱਕ ਲਓ ਫਿਰ ਤੇ ਤੁਸੀਂ ਐਟ ਯੋਰ ਓਨ ਰਿਸਕ ਚ ਕਰਿਆ ਹੈ ਨਾ ਕਿਉਂਕਿ ਜੇ 90 ਦਿਨ ਬਾਅਦ ਤੁਹਾਨੂੰ ਪੈਸੇ ਨਹੀਂ ਮਿਲੇ ਸ਼ਿਪਰ ਨੇ ਤੇ ਬ੍ਰੋਕਰ ਨੂੰ ਪੈਸੇ ਦੇ ਦੇਣੇ ਜੀ ਤੇ ਸਾਨੂੰ ਪੈਸੇ ਮਿਲ ਜਾਣਗੇ ਪਰ ਤੁਸੀਂ ਹੀ ਰਹਿ ਜਾਓਗੇ ਜੇ ਲੋਡ ਵੀ ਮੂਵ ਕੀਤਾ ਤੇ ਪੈਸੇ ਨਹੀਂ ਮਿਲੇ ਹਾਂਜੀ ਟਾਈਮ ਵੀ ਸਾਰਾ ਕੁਝ ਕੀਤਾ ਤੇ ਇਹਦੇ ਵਾਸਤੇ ਮਤਲਬ ਫਿਰ ਉਹ ਕਿਵੇਂ ਪਤਾ ਲੱਗਦਾ ਹੈ ਇਹ ਕਿ ਉਹ ਬ੍ਰੋਕਰ ਜਿਹੜਾ ਉਹ ਸਹੀ ਹੈ ਉਹਦੇ ਨਾਲ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈਗੀ ਜਿਹੜੀ ਤੁਸੀਂ ਦੱਸੀ ਹੈ ਉਹਦਾ ਜਿਹੜਾ ਹੈਗਾ ਨਾ ਸਾਡੇ ਕੋਲ ਤੁਸੀਂ ਆਪਣੇ ਲੌਗਇਨ ਵਿੱਚ ਲੌਗਇਨ ਕਰ ਲਓ ਤੇ ਉੱਥੇ ਤੁਸੀਂ ਦੇਖ ਸਕੋਗੇ ਕਿ ਬ੍ਰੋਕਰ ਦਾ ਐਮਸੀ ਪਾ ਕੇ ਜਾਂ ਬ੍ਰੋਕਰ ਦਾ ਨਾਂ ਪਾ ਕੇ ਉੱਥੇ ਸਾਰਾ ਆ ਜਾਂਦਾ ਵੇ ਕਿ ਇਹ ਦੇਖੋ ਇਹਨਾਂ ਦੀ ਹੈਲਥ ਜਿਹੜੀ ਹੈ ਏ ਕ੍ਰੈਡਿਟ ਸਕੋਰ ਹੈ ਬੀ ਹੈ ਇਹ 30 ਦਿਨ ਵਿੱਚ ਤੁਹਾਨੂੰ ਪੈਸੇ ਦੇ ਦੇਣਗੇ ਜਾਂ ਫੈਕਟਰ ਨੂੰ ਪੈਸੇ ਦੇ ਦੇਣਗੇ ਜਾਂ 40 ਦਿਨ ਚ ਦੇ ਦੇਣਗੇ ਉਹ ਸਾਰੀ ਜਿਹੜੀ ਹੈਗੀ ਨਾ ਉਹ ਰੈਕਡ ਉਹਦੇ ਚ ਬਣਿਆ ਪਿਆ ਵੇ ਜੀ ਪਰ ਹੁਣ ਇਹ ਹੈਗੀ ਗੱਲ ਹੈ ਵੇ ਕਿ ਤੁਹਾਨੂੰ ਜਾਣਾ ਪਏਗਾ ਜੀ ਚੈੱਕ ਤੁਹਾਨੂੰ ਹੀ ਕਰਨਾ ਪਏਗਾ ਜੇ ਤੁਸੀਂ ਲੋਡ ਚੁੱਕਿਆ ਬਿਨਾਂ ਚੈੱਕ ਕਰਦੇ ਆ ਉਹ ਫਿਰ ਤੁਹਾਡੀ ਹੀ ਗਲਤੀ ਹੋਈ ਨਾ ਸੋ ਇਹ ਗਲਤੀਆਂ ਨਾ ਕਰੀਏ ਕਿਉਂਕਿ ਇਹ ਜਿਹੜੇ ਪੈਸੇ ਨੇ ਉਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦਾ ਪੈਸਾ ਤੇ ਮਿਲੇ ਜੀ ਤੁਸੀਂ ਨਾਨ-ਪ੍ਰੋਫਿਟ ਕਿ ਨਹੀਂ ਹੈਗੇ ਨਾ ਕੰਮ ਤੇ ਕਰਨਾ ਹੀ ਹੈ ਪੈਸੇ ਤੇ ਕਮਾਣੇ ਨੇ ਇੱਥੇ ਜੇ ਕੋਈ ਲੋਡ ਚੱਕਦਾ ਤੇ ਉਹ ਈਦਾ ਪਤਾ ਕਰ ਸਕਦਾ ਕਈ ਨਹੀਂ ਪਤਾ ਹੁੰਦਾ ਕਿਸੇ ਨੂੰ ਕੋਈ ਤੇ ਉਹ ਈਦਾ ਤੇ ਤੁਹਾਡਾ ਨੰਬਰ ਉਹਦੇ ਕੋਲ ਹੋਵੇ ਤੁਹਾਨੂੰ ਫੋਨ ਕਰਕੇ ਪੁੱਛੋ ਤੁਸੀਂ ਇਹਦਾ ਕਰ ਦੱਸ ਸਕਦੇ ਸਲਾਹ ਨਹੀਂ ਦੇ ਸਕਦੇ ਵੀ ਇਹ ਸਹੀ ਆ ਨਹੀਂ ਸਹੀ ਆ ਕਿ ਹੈਗਾ ਇਹ ਤਾਂ ਕੋਈ ਸਿਸਟਮ ਮੋਸਟਲੀ ਜਿਹੜਾ ਹੈਗਾ ਜਿਹੜੇ ਸਾਡੇ ਨਾਲ ਫੰਡਿੰਗ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਕੋਲ ਪੋਰਟਲ ਦੇ ਵਿੱਚ ਹੈਗਾ ਸਭ ਕੁਝ ਅੱਛਾ ਜੀ ਤੇ 24 ਘੰਟੇ ਚੈੱਕ ਕਰ ਸਕਦੇ ਨੇ ਹਾਂ ਪਰ ਜੇ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਡੇ ਲਈ ਚੈੱਕ ਕਰ ਲਗਾ ਇੱਕ ਵਾਰੀ ਦੋ ਵਾਰੀ ਚੈੱਕ ਕਰ ਲਗਾ ਠੀਕ ਹੈ ਪਰ ਜਦੋਂ ਤੁਸੀਂ ਸਾਡੇ ਕਲਾਇੰਟ ਬਣੋਗੇ ਤੁਹਾਡੇ ਕੋਲ ਆਪੇ ਤੁਹਾਡਾ ਜਿਹੜਾ ਹੈਗਾ ਵੇ ਸਿਸਟਮ ਹੋਏਗਾ ਤੁਸੀਂ ਜਦੋਂ ਵੀ ਤੁਸੀਂ ਚਾ ਚਾਹਦੇ ਹੋ ਉਹ ਚੈੱਕ ਕਰ ਸਕਦੇ ਹੋ ਤੇ ਜਦੋਂ ਤੁਹਾਡਾ ਕੋਈ انرੋਲ ਹੋ ਜਾਂਦਾ ਹੈ ਫੈਕਟਰੀਂਗ ਵਾਸਤੇ ਤੇ ਤੁਸੀਂ ਵੀ ਉਹਨੂੰ انرੋਲ ਕਰਨ ਤੋਂ ਪਹਿਲਾਂ ਦੇਖਦੇ ਹੋ ਉਹਦਾ ਰੈਕਟ ਜਾਂ ਵੀ ਜਿੱਥੇ-ਥੋ ਲੋਡ ਚੱਕਦਾ ਉਹ ਸਹੀ ਹੈ ਨਹੀਂ ਸਹੀ ਹੈ ਕਿ ਤੁਹਾਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਅਸੀਂ ਭਾਜੀ ਦੋਨੋਂ ਦੇਖਦੇ ਆ ਪਹਿਲੇ ਦੇਖਦੇ ਆ ਕੰਪਨੀ ਦੀ ਹੈਲਥ ਕੀ ਹੈ ਤੇ ਉਹ ਜਿਹੜੇ ਬ੍ਰੋਕਰ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਹੈਲਥ ਕੀ ਹੈ ਜੀ ਕਿਉਂਕਿ ਦੋਨੋਂ ਪਾਸੇ ਉਹ ਪੰਗਾ ਪੈ ਸਕਦਾ ਹੈ ਜੀ ਹੈਨਾ ਸੋ ਅਸੀਂ ਪੂਰੀ ਉਹ ਦੇਖਦੇ ਆ ਬੈਕਗਰਾਉਂਡ ਚੈੱਕ ਕਰਦੇ ਆ ਕਿ ਜਿਹੜਾ ਬੰਦਾ ਲੋਡ ਮੂਵ ਕਰ ਰਿਹਾ ਹੋਵੇ ਉਹ ਕਿਵੇਂ ਹੈਗਾ ਹੋਵੇ ਜਿਹੜੇ ਬ੍ਰੋਕਰ ਨੇ ਉਹ ਕਿੰਝ ਦੇ ਬ੍ਰੋਕਰ ਯੂਜ਼ ਕਰ ਰਿਹਾ ਹੈ ਜੇ ਤੁਸੀਂ ਸਮਝੋ ਕਿ ਤੁਹਾਡੇ ਜਿਹੜੇ ਬ੍ਰੋਕਰ ਤੁਸੀਂ ਯੂਜ਼ ਕਰ ਰਹੇ ਹੋ ਉਹ ਠੀਕ ਨਹੀਂ ਨੇ ਅਸੀਂ ਤੁਹਾਨੂੰ ਦੱਸਦਾ ਕਿ ਦੇਖੋ ਤੁਸੀਂ ਨਾ ਆਪਣਾ ਥੋੜਾ ਜਿਹਾ ਡਾਈਵਰਸਿਫਾਈ ਕਰੋ ਤਾਂ ਅੱਛਾ ਜੀ ਹੈਨਾ ਕਿਉਂਕਿ ਇੱਕ ਹੋਰ ਗੱਲ ਹੈਗੀ ਹੈ ਕਿ ਤੁਸੀਂ ਇੱਕ ਬ੍ਰੋਕਰ ਨਾਲ ਤੁਸੀਂ ਕੰਮ 100% ਨਹੀਂ ਕਰਨਾ ਕੱਚਾ ਜੀ ਜੇ ਹੁਣ ਉਹ ਬ੍ਰੋਕਰ ਹੁਣ ਸਮਝੋ ਉਹ ਬ੍ਰੋਕਰ ਉਹ ਉਹ ਉਹਨਾਂ ਦਾ ਬਿਜ਼ਨਸ ਬੰਦ ਹੋ ਗਿਆ ਜੀ ਰਾਈਟ ਯਾ ਉਹਨਾਂ ਨੇ ਕੁਛ ਨਾ ਕੁਛ ਕੰਮ ਕੀਤਾ ਜਿਹੜਾ ਬਿਜ਼ਨਸ ਬੰਦ ਕਰਨਾ ਪਿਆ ਤੇ ਤੁਸੀਂ ਇੱਕੋ ਹੀ ਬ੍ਰੋਕਰ ਨਾਲ ਲਓ ਤੁਹਾਡਾ ਵੀ ਬਿਜ਼ਨਸ ਬੰਦ ਹੋ ਗਿਆ ਉਹਨ ਲੋੜ ਤੁਸੀਂ ਕਿੱਥੋਂ ਚੱਕੋਗੇ ਉਸ ਲਈ ਰੂਲ ਆਫ ਥੰਬ ਕਹਿੰਦੇ ਨੇ ਕਿ ਤੁਸੀਂ ਜਿਹੜੀ ਕਨਸੈਂਟਰੇਸ਼ਨ ਹੁੰਦੀ ਹੈ ਨਾ ਤੁਸੀਂ ਪੰਜ ਬ੍ਰੋਕਰ ਰੱਖੋ 20% ਪਰ ਬ੍ਰੋਕਰ ਤੁਹਾਡੀ ਕਨਸੈਂਟਰੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਜੇ ਇੱਕ ਬੰਦ ਹੋ ਜਾਏ राइट चार ਹੈਗੇ ਨੇ ਤੁਹਾਡਾ ਤਾਂ ਹਮ ਚੱਲਦਾ ਰਿਹਾ ਜੀ ਰਾਈਟ ਤੇ ਜੇ ਕੋਈ ਬ੍ਰੋਕਰ ਨਾਲ ਮੰਨ ਲਓ ਕੰਮ ਕਰ ਰਿਹਾ ਤੇ ਉਹਦਾ ਪਤਾ ਲੱਗੇ ਤੁਹਾਨੂੰ ਵੀ ਇਹ ਸਹੀ ਨਹੀਂ ਹੈ ਬ੍ਰੋਕਰ ਜਿਹੜਾ ਹੈਗਾ ਤੇ ਤੁਸੀਂ ਫਿਰ ਵੀ ਕਿ ਲੈ ਲੈਨੇ ਹੋ انرੋਲ ਕਰ ਲੈਨੇ ਹੋ ਫੈਕਟਰੀਂਗ ਵਾਸਤੇ ਜਾਂ ਤੁਸੀਂ ਫਿਰ ਉਹਨੂੰ ਮਨ੍ਹਾ ਕਰ ਦਿੰਦੇ ਹੋ ਅਸੀਂ ਮਨ੍ਹਾ ਕਰ ਦਿੰਦੇ ਆ ਅੱਛਾ ਜੇ ਸਾਨੂੰ ਪਤਾ ਹੈ ਬ੍ਰੋਕਰ ਤੁਹਾਨੂੰ ਪੈਸੇ ਨਹੀਂ ਦੇਵੇਗਾ ਅਸੀਂ ਕਿਉਂ ਉਹਨਾਂ ਨਾਲ ਕੰਮ ਕਰੀਏ ਸਗੋਂ ਸਾਡੀ ਜਿਹੜੀ ਜੌਬ ਹੈ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਡੇ ਸੇਫਟੀ ਲਈ ਦੇਖਣ ਲਈ ਜੇ ਕੋਈ ਬ੍ਰੋਕਰ ਪੈਸੇ ਨਹੀਂ ਦੇਵੇਗਾ ਅਸੀਂ ਤੁਹਾਨੂੰ ਕਹਾਂਗੇ ਦੇਖੋ ਭਾਜੀ ਭੈਣ ਜੀ ਇਥੋਂ ਪੈਸੇ ਜਿਹੜੇ ਹੈਗੇ ਨੇ ਨਹੀਂ ਮੁੜ ਕੇ ਆਣਗੇ ਤੁਹਾਡੇ ਅਕਾਊਂਟ ਵਿੱਚ ਸੋ ਤੁਸੀਂ ਇਹਨਾਂ ਨਾਲ ਕੰਮ ਨਾ ਕਰੋ ਜੀ ਜੀ ਬਿਲਕੁਲ ਬਿਲਕੁਲ ਚਲੋ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਇਹ ਤੇ ਨਾਲ ਦੀ ਨਾਲ ਅਸੀਂ ਕੰਪਾਸ ਦੀ ਗੱਲ ਕਰ ਰਹੇ ਹਾਂ ਕੰਪਾਸ ਇੱਕੋ ਛਤਲੇ ਕਾਫੀ ਕੰਮ ਕਰ ਰਹੇ ਨੇ ਇੱਕ ਕਾਫੀ ਕੰਮ ਕੀ ਮਤਲਬ ਹਰ ਤਰ੍ਹਾਂ ਦੀ ਜ਼ਰੂਰਤ ਜਿਹੜੀ ਮੇਰੇ ਹਿਸਾਬ ਨਾਲ ਟਰਕਿੰਗ ਨਾਲ ਸੰਬੰਧਿਤ ਹੈ ਹਾਂਜੀ ਈਵਨ ਟਰੱਕ ਲੈਂਡ ਤੋਂ ਲੈ ਕੇ ਡ੍ਰੇਲਰ ਲੈਂਡ ਤੋਂ ਲੈ ਕੇ ਡਿਸਪੈਚਿੰਗ फैक्टरिंग इंश्योरेंस फ्यूल कार्ड हां जी ते और सब कुछ सारकच सारा कुछ ए टू जेड ਲੈ ਕੇ ਅਸੀਂ ਉਹ ਕੰਮ ਕਰ ਦਿਆ ਜੀ ਨਾਲੇ ਹੁਣ ਤੇ ਕੰਪਸ ਨੇ ਆਪਣੀ ਇੱਕ ਟਰাকিং ਕੰਪਨੀ ਵੀ ਸ਼ੁਰੂ ਕੀਤੀ ਹੈ ਜਿਹੜੇ ਹਨ ਆਪਰੇਟਡ ਨੇ ਜਿਨ੍ਹਾਂ ਨੂੰ ਕੰਮ ਦਾ ਲੋਡ ਹੈਵ ਜਾਂ ਉਹਨਾਂ ਨੂੰ ਕੋਈ ਜੌਬ ਚਾਹੀਦੀ ਹੋਈ ਅਸੀਂ ਉਹਨਾਂ ਨੂੰ ਉੱਥੇ ਵੀ ਲਗਾ ਸਕਦੇ ਆ ਜਦੋਂ ਤੱਕ ਉਹਨਾਂ ਦੇ ਐਕਸਪੀਰੀਅੰਸ ਨਾਲ ਯੂ نو ਵੱਧ ਜਾਏ ਫਿਰ ਉਹ ਆਪਣੀ ਕੰਪਨੀ ਜਦੋਂ ਖੋਲਣਾ ਚਾਹੁੰਦੇ ਹੋਣ ਫਿਰ ਅਸੀਂ ਉਹਨਾਂ ਨੂੰ ਫਿਰ ਗਾਈਡ ਕਰਕੇ ਸੈੱਟ ਕਰ ਦਿੰਦੇ ਆ ਕੰਪਨੀ ਖੋਲ ਕੇ ਓਨਰ ਆਪਰੇਟਰ ਵੀ ਮੇਰੇ ਖਾਲਸ ਕੈਂਪਸ ਤੋਂ ਤਾਂ ਬਿਲਕੁਲ ਹਾਇਰ ਕਰ ਰਿਆ ਸਾਰੇ ਓਨਰ ਆਪਰੇਟਰ ਵੀ ਤੇ ਡਰਾਈਵਰ ਵਗੈਰਾ ਵੀ ਸਾਰਾ ਹਰ ਤਰ੍ਹਾਂ ਦਾ ਕੰਮ ਕਰ ਰਹੇ ਨੇ ਸੋ ਅਸੀਂ ਟਰੱਕ ਲੈਣ ਤੋਂ ਜੇ ਗੱਲ ਸ਼ੁਰੂ ਕਰੀਏ ਟਰੱਕ ਲੈਣ ਤੋਂ ਸ਼ੁਰੂਆਤ ਵੇਲੇ ਕੈਂਪਸ ਕਿਵੇਂ ਫੰਡਿੰਗ ਦੇ ਵਿੱਚ ਹੈਲਪ ਕਰ ਸਕਦੀ ਹੈ ਕਿਸੇ ਦੀ ਦੇਖੋ ਜਦੋਂ ਤੁਸੀਂ ਟਰੱਕ ਖਰੀਦਣਾ ਹੋਵੇ ਹੁਣ ਤੇ ਇਸ ਵਕਤ ਤੇ ਟਰੱਕ ਤੇ ਬੜੀ ਮੁਸ਼ਕਿਲ ਨਾਲ ਤੁਹਾਨੂੰ ਟਰੱਕ ਮਿਲੇਗਾ ਪਰ ਜਦੋਂ ਤੁਸੀਂ ਲੈਣਾ ਹੋਏ ਤੁਸੀਂ ਸਾਨੂੰ ਕਾਲ ਕਰ ਦਿਓ ਇਸ ਨੰਬਰ ਤੇ 8883604237 ਤੇ ਅਸੀਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਦਾਗੇ ਕਿ ਫਾਈਨਾਂਸਿੰਗ ਕਿਵੇਂ ਲੈਣੀ ਹੈ ਫਾਈਨਾਂਸਿੰਗ ਦੇ ਪੇਪਰ ਕਿਵੇਂ ਭਰਨੇ ਨੇ ਹੈਨਾ ਟਰੱਕ ਕਿੱਥੋਂ ਚੁਕਣਾ ਹੈ ਕਿਹੜਾ ਟਰੱਕ ਚਾਹੀਦਾ ਤੁਹਾਨੂੰ ਬੋਲਵੋ ਚਾਹੀਦਾ ਫਰੇਟ ਲਾਈਨ ਚਾਹੀਦਾ ਉਹ ਚ ਕਿਹੜੀ ਉਹ ਚਾਹੀਦੀ ਐਨੇ ਤੁਸੀਂ ਸੈੱਟ ਕਰ ਦਿੰਦੇ ਆ ਤੁਹਾਡਾ ਜੀ ਜਦੋਂ ਤੁਹਾਡਾ ਫਾਈਨਾਂਸਿੰਗ ਉਹ ਸੈੱਟ ਹੋ ਗਿਆ ਟਰੱਕ ਤੁਸੀਂ ਚੁਕ ਲਿਆ ਫਿਰ ਤੇ ਤੁਹਾਡਾ ਇੰਸ਼ੋਰੈਂਸ ਵੀ ਅਸੀਂ ਸੈੱਟ ਕਰ ਦਿੰਦੇ ਆ ਨਾਲ ਦੇ ਨਾਲ ਫੈਕਟਰੀਂ ਤੇ ਫਿਊਲ ਵੀ ਤੇ ਜਦੋਂ ਤੁਸੀਂ ਇਹ ਤੋਂ ਏ ਟੂ ਜ਼ੀ ਕੰਪਸ ਦੇ ਨਾਲ ਕੰਮ ਕਰਦੇ ਹੋ ਇੱਕਦਮ ਤੁਸੀਂ ਇੱਕ ਵਾਰੀ ਆਓ ਰਾਈਟ ਤੇ ਜਦੋਂ ਤੁਸੀਂ ਨਿਕਲੋਗੇ ਤੁਸੀਂ ਤਿਆਰ ਹੋਵਗੇ ਲੋਡ ਚੁੱਕਣ ਲਈ ਜੀ ਮਤਲਬ ਬਿਲਕੁਲ ਕੰਪਸ ਨਾਲ ਅਗਰ ਜੁੜ ਗਏ ਤੇ ਸਾਰਾ ਕੰਮ ਉੱਥੇ ਹੀ ਹੋਈ ਜਾਣਾ ਐਕਟਿੰਗ ਤੇ ਫਿਰ ਗੱਲ ਆ ਗਈ ਇੰਸ਼ੋਰੈਂਸ ਨਾਲ ਦੀ ਨਾਲ ਹੋਣੀ ਹੈ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਟਰੱਕ ਲੈਂਦਾ ਉਹਦਾ ਵੀ ਉਹੀ ਸਿਸਟਮ ਹੋ ਜਾਂਦਾ ਇੰਸ਼ੋਰੈਂਸ ਦਾ ਜਿਹੜਾ ਤੁਸੀਂ ਦੱਸਦੇ ਹੋ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਆ ਕਿ ਜੇ ਲੋਡ ਨਹੀਂ ਲੱਗ ਰਿਹਾ ਤੇ ਉਹਦੇ ਪੈਸੇ ਉਹਨੇ ਨਹੀਂ ਪੈਂਦੇ ਤੇ ਨਵੇਂ ਨਵਾਂ ਕੋਈ ਅਗਰ ਟਰੱਕ ਲੈਂਦਾ ਉਹਨਾਂ ਨੂੰ ਵੀ ਇਹੀ ਹੋ ਜਾਂਦੀ ਹੈ ਕਿ ਨਹੀਂ ਹਾਂਜੀ ਉਹਨਾਂ ਨੂੰ ਵੀ ਇਹੀ ਹੋ ਜਾਂਦੀ ਹੈ ਬਸ ਗੱਲ ਇਹ ਹੈ ਕਿ ਜਿਹੜਾ ਡਰਾਈਵਰ ਹੈਗਾ ਉਹਦੇ ਕੋਲ 2 ਸਾਲ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵੇ ਜੀ ਪਰ ਜੇ ਨਵਾਂ ਟਰੱਕ ਵਿੱਚ ਆ ਕੋਈ ਕੋਈ ਹੋ ਨਹੀਂ ਹੈ ਗਈ ਅਸੀਂ ਤੁਹਾਨੂੰ ਆਰਆਰਜੀ ਦੇ ਥੱਲੇ ਵਿੱਚ ਪਾ ਦਾਂਗੇ ਦੈਟਸ ਨੋ ਪ੍ਰੋਬਲਮ ਡਿਪੈਂਡ ਕਰਦਾ ਵੇ ਕਿ ਤੁਹਾਡਾ ਰੈਕੋਰਡ ਕਿਵੇਂ ਹੈਗਾ ਹੈ ਲਾਸ ਰਨਸ ਤੁਹਾਡੇ ਕਿਵੇਂ ਲੱਗਦੇ ਅਸੀਂ ਜਿਵੇਂ ਗੱਲ ਕਰਦੇ ਹਾਂ ਕਿ ਹਰ ਚੀਜ਼ ট্রাক ਲੈਂਡ ਤੋਂ ਲੈ ਕੇ ਟ੍ਰੇਲਰ ਤੋਂ ਲੈ ਕੇ ਨਾਲ ਕੰਪਨੀ ਨਾਲ ਜੁੜਨ ਤੱਕ ਇੰਸ਼ੋਰੈਂਸ ਫਿਊਲ ਕੋਈ ਬੰਦਾ ਕਹਿੰਦਾ ਜੀ ਮੈਂ ਠੀਕ ਹੈ ਮੈਂ ਫੈਕਟਿੰਗ ਤੇ ਮੇਰੀ ਕਿਸੇ ਹੋਰ ਨਾਲ ਹੋਈ ਹੋਈ ਹੈ ਮੈਂ ਹਜੇ ਉੱਥੋਂ ਨਹੀਂ ਛੱਡਣੀ ਚਾਹੁੰਦਾ ਤੇ ਇੰਸ਼ੋਰੈਂਸ ਮੈਂ ਕੰਪਨਸ ਦੀ ਕਰਵਾ ਲੈਣਾ ਜਾ ਫਿਊਲ ਕਾਰਡ ਮੈਂ ਕੰਪਾਸ ਦਾ ਲੈ ਲੈਣਾ ਕੀ ਇਹਦਾ ਪੋਸੀਬਲ ਹੈ ਕਿ ਕਿਸੇ ਨੂੰ ਸਾਰਾ ਕੋਸ਼ਿਸ਼ ਕਰਨਾ ਪੈਂਦਾ ਫੈਕਟਰੀਂਗ ਵੀ ਕਰਨੀ ਪੈਂਦੀ ਹੈ ਜਾਂ ਅਗਲਾ ਕਹਿੰਦਾ ਮੈਂ ਇਕੱਲੀ ਫੈਕਟਰੀਂਗ ਕਰਦਾ ਇੰਸ਼ੋਰੈਂਸ ਮੇਰੇ ਕੋਈ ਹੈਗੀ ਆ ਤੇ ਕੰਪਾਸ ਅਲੱਗ-ਅਲੱਗ ਵੀ ਕਰ ਦਿੰਦਾ ਜਾਂ ਸਾਰਾ ਇਕੱਠਾ ਕਰਦਾ ਅਸੀਂ ਅਲੱਗ-ਅਲੱਗ ਵੀ ਕਰ ਲੈਂਦੇ ਆ ਅਸੀਂ ਜਿਹੜਾ ਹੈਗਾ ਫਿਟ ਟੂ ਯੂਅਰ ਨੀਡਸ ਕੀ ਜਿਵੇਂ ਕਰਦੇ ਆ ਹੈਨਾ ਜੇ ਤੁਹਾਨੂੰ ਹੁਣ ਫੈਕਟਰੀਂਗ ਚਾਹੀਦੀ ਹੋਈ ਠੀਕ ਹੈ ਅਸੀਂ ਫੈਕਟਰੀਂਗ ਦੇ ਨਾਲ ਸੈੱਟ ਕਰ ਦਾਂਗੇ ਪਰ ਅਸੀਂ ਇਹ ਵੀ ਪੁੱਛਾਂਗੇ ਕਿ ਤੁਸੀਂ ਤੁਹਾਡਾ ਜਿਹੜਾ ਇੰਸ਼ੋਰੈਂਸ ਹੈ ਉਹ ਤੁਸੀਂ ਕਿੱਥੋਂ ਲੈ ਰਹੇ ਹੋ ਤੇ ਕਿੰਨਾ ਕੋ ਕਿਉਂਕਿ ਜੇਸੀ ਤੁਹਾਨੂੰ ਉੱਥੋਂ ਵੀ ਬਚਾ ਸਕਦੇ ਆ ਰਾਈਟ ਪੈਸਾ ਥੋੜਾ ਜਿਹਾ ਉੱਥੋਂ ਵੀ ਬਚਾ ਦਿੱਤਾ ਤੇ ਅਸੀਂ ਕਹਾਂਗੇ ਦੇਖੋ ਭਾਜੀ ਭਾਜੀ ਇੱਥੋਂ ਤੁਸੀਂ ਇੰਨਾ ਕੁ ਬਚਾ ਸਕਦੇ ਹੋ ਤੁਸੀਂ ਇੱਧਰ ਨੂੰ ਆ ਜਾਓ ਹੁਣ ਐਂਡ ਆਫ ਦਿ ਡੇ ਤੁਸੀਂ ਸੀਈਓ ਆਪਣੇ ਕੰਪਨੀ ਦੇ ਹੋ ਹੈਨਾ ਤੇ ਡਿਸੀਜਨ ਤੇ ਤੁਹਾਨੂੰ ਵੀ ਬਣਾਣਾ ਪਏਗਾ ਹਾਂਜੀ 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 ਨੀ ਇਹਦੇ ਚ ਮੇਰੇ ਖਿਆਲ ਹੋਰ ਵੀ ਗੱਲ ਹੈਗੀ ਆ ਵੀ ਜੇ ਅਸੀਂ ਕੱਲੀ ਕੱਲੀ ਚੀਜ਼ ਕਰਦੇ ਹਾਂ ਇੱਕ ਚੀਜ਼ ਇੱਥੇ ਕਰ ਲਈ ਇੱਕ ਇੱਥੇ ਕਰ ਲਈ ਇੰਸ਼ੋਰੈਂਸ ਦਿੱਤਾ ਕਰ ਲਈ ਫਿਊਲ ਕਾਰਡ ਉਹ ਤੇ ਲੈ ਲਿਆ ਹਾਂਜੀ ਫੈਕਟਰੀਂਗ ਕੰਪਨੀ ਨਾਲ ਕਰ ਲਈ ਤੇ ਉਹਦੇ ਨਾਲ ਮੇਰੇ ਖਿਆਲ ਪ੍ਰੋਫਿਟ ਘਟ ਜਾਂਦਾ ਹੋਵੇਗਾ ਪ੍ਰੋਫਿਟ ਘਟ ਇਹ ਤੁਸੀਂ ਇੱਕ ਜਗ੍ਹਾ ਜੇ ਤੁਹਾਡਾ ਉਦ ਦਾ ਕੱਲੇ ਕੱਲੇ ਕਰਕੇ ਤੁਹਾਨੂੰ 500 ਡਾਲਰ ਬਚਦਾ ਤੇ ਇੱਕੋ ਜਗ੍ਹਾ ਇਕੱਠੇ ਕਰਕੇ ਤੇ ਮੇਰਾ ਖਿਆਲ ਹੈ ਘੱਟੋ-ਘੱਟ ਨਹੀਂ ਡਬਲ ਤਾਂ ਹੋ ਜਾਂਦਾ ਹੋਵੇਗਾ ਡਬਲ ਤੇ ਹੋ ਜਾਂਦਾ ਹਾਂਜੀ ਕਿਉਂਕਿ ਜੇ ਤੁਸੀਂ ਸਾਡੇ ਨਾਲ ਫੈਕਟਰੀਂਗ ਵੀ ਕਰ ਰਹੇ ਹੋ ਤੇ ਜਿਹੜਾ ਫਿਊਲ ਡਿਸਕਾਊਂਟ ਹੈ ਉਹ ਸੀ ਤੁਹਾਨੂੰ ਹੋਰ ਵੱ ਕਿਉਂਕਿ ਜਿਵੇਂ ਹੁਣ ਤੁਸੀਂ ਫਾਈਨਾਂਸਿੰਗ ਕਰ ਰਹੇ ਹੋ ਤੁਹਾਡਾ ਜਿਹੜਾ ਫੈਕਟਰੀਂਗ ਰੇਟ ਹੈ ਓਬਵੀਅਸ ਹੀ ਘਟਾ ਦਿੰਦੇ ਆ ਥੋੜਾ ਜਿਹਾ ਹੋਰ ਉਹ ਹੁੰਦਾ ਨੇ ਜਿੰਨੇ ਤੁਸੀਂ ਸਰਵਿਸੇ ਸਾਡੇ ਨਾਲ ਕਰ ਰਹੇ ਹੋ ਉਹਨਾਂ ਹੀ ਫਾਇਦਾ ਤੁਹਾਡਾ ਹੀ ਹੋਏਗਾ ਜੀ ਬਿਲਕੁਲ ਤੇ ਹੁਣ ਅਸੀਂ ਫੈਕਟਰੀਂਗ ਤੋਂ ਗੱਲ ਸ਼ੁਰੂ ਕਰਦੇ ਆ ਵੈਸੇ ਆਪਣੇ ਬ੍ਰੇਕ ਦਾ ਵੀ ਸਮਾਂ ਹੋ ਗਿਆ ਗੱਲ ਨੂੰ ਪੂਰੀ ਬ੍ਰੇਕ ਤੋਂ ਬਾਅਦ ਆਪਾਂ ਕਰਾਂਗੇ ਜਿਹੜੀ ਫੈਕਟਰੀਂਗ ਹੈ ਉਹ ਏਨਰੋਲ ਕਰਨ ਵਾਸਤੇ ਕੰਪਸ ਦੇ ਨਾਲ ਕੀ ਕਰਨਾ ਚਾਹੀਦਾ ਪਾਏਗਾ ਕਿਸੇ ਨਵੇਂ ਬੰਦੇ ਨੂੰ ਬਹੁਤ ਸੌਖਾ ਉਹ ਹੈਗਾ ਵੇ ਤੁਸੀਂ ਇਹ ਨੰਬਰ ਨੂੰ ਡਾਇਲ ਕਰੋ ਜਾ ਤੇ ਮੈਂ ਫੋਨ ਚੁੱਕਾਗਾ ਜਾਂ ਕਿਸੇ ਹੋਰ ਕੋਈ ਵੀ ਹੋਰ ਜਿਹੜਾ ਪੰਜਾਬੀ ਬੋਲਦਾ ਹੋਵੇ ਉਹ ਚੁੱਕੇਗਾ ਫੋਨ ਤੇ ਉਹ ਪਹਿਲਾਂ ਤੁਹਾਨੂੰ ਐਮਸੀ ਨੰਬਰ ਪੁੱਛੇਗਾ ਤੇ ਕੰਪਨੀ ਦਾ ਨਾਮ ਹੈਨਾ ਉਹ ਕੰਪਨੀ ਦੇ ਨਾਮ ਆਪਣੀ ਸਿਸਟਮ ਵਿੱਚ ਪਾ ਕੇ ਤੁਹਾਨੂੰ ਈਮੇਲ ਪਾਏਗਾ ਈਮੇਲ ਦੇ ਵਿੱਚ ਤੁਸੀਂ ਇੱਕ ਐਪਲੀਕੇਸ਼ਨ ਹੈ ਉਹ ਭਰ ਦਿਓ ਫੋਨ ਦੇ ਉੱਤੇ ਹੀ ਤੁਸੀਂ ਭਰ ਸਕਦੇ ਹੋ ਜੀ ਹੈਨਾ ਤੇ ਉਹ ਸੈੱਟ ਉਸ ਤੋਂ ਬਾਅਦ ਅਸੀਂ ਅੰਡਰਰਾਈਟਿੰਗ ਦੇ ਵੱਲ ਭੇਜਦੇ ਆ ਉਹ ਦੇਖਦੇ ਨੇ ਤੁਹਾਡੀ ਕੰਪਨੀ ਦਾ ਹੈਲਥ ਤੁਹਾਡੇ ਬ੍ਰੋਕਰ ਦਾ ਹੈਲਥ ਉਹ ਸਾਰਾ ਸੈੱਟ ਕਰਕੇ ਤੁਹਾਡਾ ਕ੍ਰੈਡਿਟ ਲਿਮਿਟ ਸੈੱਟ ਕਰ ਦਿੰਦੇ ਨੇ ਤੇ ਫਿਰ ਆਪਾਂ ਹੋਰ ਵੀ ਥੋੜੇ ਜਿਹਾ ਡਾਕੂਮੈਂਟਸ ਨੇ ਉਹ ਪੁੱਛਦੇ ਆ ਹਾਂ ਠੀਕ ਹੈ ਤੇ ਬਸ ਇੱਕ ਵਾਰੀ ਸੈੱਟ ਹੋ ਗਿਆ ਤੁਹਾਡਾ ਏੀਈ ਅਕਾਊਂਟ ਐਗਜ਼ੀਕਿਊਟਿਵ ਸੈੱਟ ਹੋ ਗਿਆ ਤੁਸੀਂ ਬਸ ਆਪਣਾ ਹੁਣ ਚਲਾਓ ਤੇ ਟਾਈਮਿੰਗ ਕਿੰਨੀ ਕੁ ਲੱਗਦੀ ਆ ਸਟਾਰਟਿੰਗ ਦੇ ਵਿੱਚ ਕਿੰਨੇ ਇੱਕ ਦਿਨ ਜਾਂ ਕੋਈ ਕਿੰਨਾ ਟਾਈਮ ਲੱਗਦਾ ਦੋ ਤਿੰਨ ਦਿਨਾਂ ਵਿੱਚ ਅਸੀਂ ਤੁਹਾਨੂੰ ਸੈੱਟ ਕਰ ਸਕਦੇ ਆ ਜੀ ਬਿਲਕੁਲ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਸਾਡੇ ਦਰਸ਼ਕ ਜਿਹੜੇ ਆ ਨਾਲ ਜੁੜੇ ਹੋਏ ਫੰਡਿੰਗ ਸੋਲੂਸ਼ਨ ਤੋਂ ਦਵਿੰਦਰ ਸਿੰਘ ਜੀ ਸਟੂਡੀਓ 'ਚ ਆਏ ਆ ਅੱਜ ਕੈਲੀਫੋਰਨੀਆ ਵਾਲੇ ਸਟੂਡੀਓ 'ਚ ਪਹੁੰਚੇ ਨੇ ਸੋ ਗੱਲਬਾਤ ਕਰ ਰਹੇ ਇਹਨਾਂ ਨਾਲ ਜ਼ਰੂਰ ਜਾਣਕਾਰੀ ਜਿਹੜੀ ਹੈ ਬਹੁਤ ਹੀ ਫਾਇਦੇਮੰਦ ਸਾਬਤ ਹੋਏਗੀ ਟਰਕਿੰਗ ਇੰਡਸਟਰੀ ਸੰਬੰਧਿਤ ਗੱਲ ਕਰੀਏ ਮੰਨ ਲਓ ਕੋਈ ਭੈਣ ਭਰਾ ਜਿਹੜਾ ਉਹ ਟਰੱਕ ਲੈ ਕੇ ਗਿਆ ਹੋਇਆ ਤੇ ਘਰ ਦੇ ਵਿੱਚ ਜਰੂਰ ਬਜ਼ੁਰਗ ਕੋਈ ਘਰ ਦੇ ਬੰਦੇ ਪਤਨੀ ਜਾਂ ਕੋਈ ਵੀ ਭੈਣ ਭਰਾ ਪ੍ਰੋਗਰਾਮ ਦੇਖਦਾ ਹੁੰਦਾ ਉਹ ਦੱਸ ਸਕਦਾ ਉਹਨੂੰ ਆ ਕੇ ਨੰਬਰ ਨੋਟ ਕਰਕੇ ਤੁਸੀਂ ਤੁਹਾਡੀ ਚਾਹ ਕੰਪਨੀ ਆ ਜਾਂ ਇੱਕ ਟਰੱਕ ਆ ਚਾਹੇ 10 ਟਰੱਕ ਨੇ ਤੇ ਚਾਹੇ 1000 ਟਰੱਕ ਨੇ ਚਾਹੇ 2000 ਟਰੱਕ ਨੇ ਸਾਰਿਆਂ ਵਾਸਤੇ ਇਹ ਹੀ ਬਹੁਤ ਲਾਹੇਵੰਦ ਹੈਗਾ ਬਹੁਤ ਪੈਸਾ ਅਸੀਂ ਬਚਾ ਸਕਦੇ ਹਾਂ ਇੰਸ਼ੋਰੈਂਸ ਤੋਂ ਪੈਸਾ ਕਿਵੇਂ ਬਚਾ ਸਕਦੇ ਹਾਂ ਉਹ ਵੀ ਅਸੀਂ ਬ੍ਰੇਕ ਤੋਂ ਬਾਅਦ ਦੱਸਾਂਗੇ ਫਿਲਹਾਲ ਬ੍ਰੇਕ ਲੈ ਲੈਂਦੇ ਆ ਤੁਸੀਂ ਇਸ ਤਰ੍ਹਾਂ ਦਵਿੰਦਰ ਜੀ ਵੀ ਜੁੜੇ ਰਹੋ ਤੇ ਘਰ ਦੇ ਜਿਹੜੇ ਦਰਸ਼ਕ ਬੈਠੇ ਨੇ ਉਹ ਵੀ ਨਾਲ ਜੁੜੇ ਰਹੋ ਦੇਖਦੇ ਰਹੋ ਜਸ ਪੰਜਾਬੀ ਬ੍ਰਿਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਮੈਂ ਜਗਤਾਰ ਸਿੰਘ ਜੱਗੀ ਤੇ ਕੰਪਸ ਦੀ ਗੱਲ ਕਰ ਰਹੇ ਹਾਂ ਕੰਪਸ ਦੀ ਗੱਲ ਤਕਰੀਬਨ ਹਰ ਮੰਗਲਵਾਰ ਜਿਹੜੀ ਅਸੀਂ ਤੁਹਾਡਾ ਨਾਲ ਸਾਂਝੀ ਕਰੀਦੀ ਹੈ ਮੰਗਲਵਾਰ ਦੀ ਮੰਗਲਵਾਰ ਕੋਈ ਨਾ ਕੋਈ ਜਾਣਕਾਰੀ ਲੈ ਕੇ ਹਾਜ਼ਰ ਹੋਈਦਾ ਅੱਜ ਵੀ ਹਾਜ਼ਰ ਬ੍ਰਿਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਦਵਿੰਦਰ ਸਿੰਘ ਜੀ ਨਾਲ ਕਿ ਪੈਸਾ ਜਿਹੜਾ ਹੈਗਾ ਉਹ ਕਿਵੇਂ ਕਿਵੇਂ ਬਚ ਸਕਦਾ ਟਰਕਿੰਗ ਦੇ ਵਿੱਚ ਫੈਕਟਰੀਂਗ ਦੀ ਆਪਾਂ ਦਵਿੰਦਰ ਜੀ ਗੱਲ ਕੀਤੀ ਪਹਿਲਾਂ ਫੈਕਟਰੀਂਗ ਦੇ ਰੋਲ ਕਰਨ ਵਾਸਤੇ ਸਾਰੀ ਆਪਾਂ ਦੱਸਦੀ ਗਾਈਡਲਾਈਨ ਹਾਂਜੀ ਹੁਣ ਅਗਲੀ ਗੱਲ ਆ ਗਈ ਇੰਸ਼ੋਰੈਂਸ ਦੀ ਹਾਂਜੀ ਇੰਸ਼ੋਰੈਂਸ ਬਿਲਕੁਲ ਤੇ ਔਰ ਇਨਸ਼ੋਰੈਂਸ ਤੋਂ ਬਿਨਾ ਤੇ ਇਥੇ ਕੁਝ ਵੀ ਨਹੀਂ ਹੈਗਾ ਟਰੱਕਾਂ ਦੀ ਦਿਖਾਸ ਤੌਰ ਤੇ ਮੇਰੇ ਖਾਲ ਬਹੁਤ ਜਿਆਦਾ ਇਨਸ਼ੋਰੈਂਸ ਹੁੰਦੀ ਚਾਹੀਦੀ ਹੈ ਇੱਕ ਹਾਂਜੀ ਹੁਣ ਜਿਹਨਾਂ ਕੋਲ ਇੱਕ ਟਰੱਕ ਹੈ ਉਹਦੀ ਇਨਸ਼ੋਰੈਂਸ ਜਿੰਨੀ ਹੋਏਗੀ ਠੀਕ ਹੈ ਜੀ ਦੇ ਮਤਲਬ ਕਿ 10 ਟਰੱਕ ਨੇ ਜਾਂ 20 ਜਾਂ 100 200 400 ਟਰੱਕਾਂ ਤੇ ਜੇ 400 ਟਰੱਕਾਂ ਤੇ 400 ਟਰੱਕ ਦੀ ਇਨਸ਼ੋਰੈਂਸ ਕਿਤੇ ਦੀ ਕਿਤੇ ਪਹੁੰਚ ਜਾਂਦੀ ਹਾਂਜੀ ਬਿਲਕੁਲ ਆਪਾਂ ਹਮੇਸ਼ਾ ਗੱਲ ਕਰੀਦੀ ਹੈ ਇਨਸ਼ੋਰੈਂਸ ਤੋਂ ਪੈਸੇ ਕਿਵੇਂ ਬਚਾ ਸਕਦੇ ਹਾਂ ਹਾਂਜੀ ਇਹ ਜ਼ਰੂਰ ਦੱਸੋ ਜੀ ਤੁਸੀਂ ਜਿਹੜੀ ਤੁਹਾਡੀ ਇਨਸ਼ੋਰੈਂਸ ਦੀ ਗੱਲ ਕਰਦੇ ਆਪਾਂ ਹਮ ਹੈਨਾ ਇੰਸ਼ੂਰੈਂਸ ਦੇ ਬਿਗਾਰ ਜਿਵੇਂ ਤੁਸੀਂ ਕਿਹਾ ਵੇ ਤੁਸੀਂ ਚਲਾ ਨਹੀਂ ਸਕਦੇ ਟਰੱਕ ਤੇ ਚਾਹੀਦਾ ਹੀ ਚਾਹੀਦਾ ਵੇ ਸੋ ਹੁਣ ਅਸੀਂ ਸਾਡੇ ਕੋਲ ਇੱਕ ਪ੍ਰੋਗਰਾਮ ਹੈਗਾ ਆਰ ਆਰ ਜੀ ਰਿਸਕ ਰੇਟੈਂਸ਼ਨ ਗਰੁੱਪ ਜਿਹੜਾ ਤੁਹਾਡੇ ਗ੍ਰੋਸ ਦੇ ਉੱਤੇ ਹੈਗਾ ਨਾ ਉਹਦੇ ਉੱਤੇ ਚੱਲਦਾ ਵੇ ਤੁਹਾਡਾ ਜਿਹੜਾ ਪ੍ਰੀਮੀਅਮ ਜਾਂ ਪ੍ਰਾਈਮ ਰੇਟ ਜਿਹੜਾ ਹੈਗਾ ਉਹ ਤੁਹਾਡੇ ਗ੍ਰੋਸ ਇਨਕਮ ਦੇ ਉੱਤੇ ਚੱਲਦਾ ਵੇ ਜੇ ਤੁਸੀਂ ਸਮਝੋ 2-3 ਮਹੀਨੇ ਤੁਸੀਂ ਪੰਜਾਬ ਚਲੇ ਗਏ ਹੈਨਾ ਤੇ ਤੁਸੀਂ ਕੋਈ ਉਹ ਮੂਵ ਨਹੀਂ ਕੀਤਾ ਲੋਡ ਜਿਹੜਾ ਤੁਹਾਡਾ ਪ੍ਰੀਮੀਅਮ ਹੈ ਉਹ ਘਟ ਜਾਏਗਾ ਬੇਸ ਲੈਵਲ ਤੇ ਰਾਈਟ ਤਾਂ ਕਿ ਤੁਹਾਨੂੰ ਪੂਰਾ ਪ੍ਰੀਮੀਅਮ ਨਹੀਂ ਦੇਣਾ ਪਿਆ ਹੁਣ ਜੇ ਤੁਸੀਂ ਕਿਸੇ ਹੋਰ ਕੰਪਨੀ ਦੇ ਨਾਲ ਹੋ ਹੁਣ ਸਮਝੋ ਤੇ ਤੁਸੀਂ ਪ੍ਰੋਗਰੈਸਿਵ ਦੇ ਨਾਲ ਹੋ ਤੁਹਾਨੂੰ ਉਹੀ ਜੋ ਦੇਣਾ ਪਏਗਾ ਮਹੀਨੇ ਦੇ ਵਿੱਚ ਜੇ ਤੁਸੀਂ ਇੱਕ ਲੋਡ ਮੂਵ ਕੀਤਾ ਜੇ ਤੁਸੀਂ ਹਜ਼ਾਰ ਗੇੜੀਆਂ ਲਗਾ ਕੇ ਆਏ ਹੋ ਹੈਨਾ ਉਹੀ ਦੇਣਾ ਪਏਗਾ ਪਰ ਜਿਹੜਾ ਰਿਸਕ ਰਿਟੈਂਸ਼ਨ ਹੈ ਉਹ ਤੁਹਾਡਾ ਦੇਖਦਾ ਕਿ ਤੁਸੀਂ ਕਿੰਨੇ ਕੁ ਟ੍ਰਿਪਸ ਮੇ ਤੁਸੀਂ ਲੋਡਸ ਮੂਵ ਕੀਤੇ ਨੇ ਲੋਡ ਦਾ ਪੈਸਾ ਕਿੰਨਾ ਬਣਿਆ ਹੋਵੇ ਉਸ ਬੇਸ ਤੇ ਉੱਤੇ ਨਾਲੇ ਉਹ ਨੈਗੇਟਿਵ ਉਹ ਵੀ ਕੱਟ ਦਿੰਦੇ ਨੇ ਜਿਹੜਾ ਤੁਹਾਡਾ ਫਿਊਲ ਸਰਚਾਰਜ ਹੁੰਦਾ ਹੋਵੇ ਤਾਂ ਕਿ ਉਹਦੇ ਵਿੱਚ ਬੜਾ ਪੈਸਾ ਬਚ ਜਾਂਦਾ ਹੋਵੇ ਜਿੰਨੇ ਆਪਣੀ ਕੰਪਨੀ ਨੂੰ ਵਿਦਾਨਾ ਚਾਹੁੰਦੇ ਨੇ ਜਾਂ ਜਿਹੜੇ ਵੀ ਗਰੋ ਕਰਨਾ ਚਾਹੁੰਦੇ ਨੇ ਜਿਓ ਰਿਸਕ ਰਿਟੈਂਸ਼ਨ ਗਰੁੱਪ ਦੇ ਉੱਤੇ ਆਪਣਾ ਇੰਸ਼ੋਰੈਂਸ ਲੈਂਦੇ ਨੇ ਤੁਹਾਡੇ ਤੁਹਾਡੇ ਗ੍ਰੋਥ ਹੈ ਨਾ ਉਹ ਸੁੱਖਾ ਹੋ ਜਾਂਦਾ ਹੋਵੇ ਜੀ ਤੇ ਅਸੀਂ ਦਿਵਿੰਦਰ ਜੀ ਗੱਲ ਕਰੀ ਦੀ 2000 ਤੋਂ ਲੈ ਕੇ 7000 ਪਰ ਟਰੱਕ ਮੀਨ ਪਰ ਮਹੀਨਾ ਹਾਂਜੀ 12 ਮੰਥ 2000 ਤੋਂ 7000 ਤੇ ਜੇ ਆਮ ਗੱਲ ਕਰੀਏ ਐਵਰੇਜ ਤੇ ਇੰਨੀ ਕਿਤਾਮ ਬੰਦਾ ਕੰਮ ਕਰਨ ਵਾਲੇ ਦੇ ਪੈਸੇ ਪੈਸੇ ਵੀ ਨਹੀਂ ਬਣਦੇ 2000 ਤੋਂ 7000 ਮਹੀਨੇ ਦੇ ਮਤਲਬ ਆਈ 3-3000 ਦੀ ਰੇਂਜ 'ਚ ਲੋਕਾਂ ਦੇ ਇਹ ਤਨਖਾਹ ਆਮ ਲੋਕਾਂ ਦੇ ਕੰਮ ਕਰਨ ਵਾਲੇ ਹਾਂਜੀ 2000 ਤੋਂ 7000 ਕਿਵੇਂ ਬਣ ਸਕਦਾ ਕੀ ਕਰਨਾ ਪੈਗਾ ਉਹਦੇ ਵਾਸਤੇ ਸਾਡੇ ਦਰਸ਼ਕਾਂ ਨੂੰ ਜਿਹੜੇ ਇਸ ਟਾਈਮ ਟਰੱਕਿੰਗ ਇੰਡਸਟਰੀਸ ਵਿੱਚ ਮਦਦ ਹਾਂਜੀ ਬਿਲਕੁਲ ਇਹੀ ਨੰਬਰ ਜਿਹੜਾ ਹੈਗਾ ਤੁਸੀਂ ਇੱਥੇ ਆਪਣਾ ਫੋਨ ਮਾਰੋ ਇਹੀ ਨੰਬਰ ਸਾਨੂੰ ਕਾਲ ਕਰੋ ਤੇ ਅਸੀਂ ਤੁਹਾਨੂੰ ਉਹੀ ਜਿਵੇਂ ਟਰੈਕ ਕਹਿੰਦੇ ਨੇ ਉਹਦੇ ਉੱਤੇ ਸੈੱਟ ਕਰਦਾਗੇ ਹੁਣ ਸਾਡੇ ਕੋਲ ਬੜੇ ਉਹ ਹੈਗੇ ਨੇ ਇੰਸ਼ੋਰੈਂਸ ਦੇ ਵਿੱਚ ਜੀ ਉਹ ਨੁਕਸਾਨ ਹੈ ਕਿ ਹੈ ਜਿੰਨੇ ਤੁਸੀਂ ਮਿਲੇ ਸੀਗੇ ਜਦੋਂ ਤੁਸੀਂ ਸਾਡੇ ਕੋਲ ਆਏ ਸੀਗੇ ਉਹ ਜਿਹੜੀ ਹੈਗੀ ਉਹ ਤੁਹਾਨੂੰ ਸੈੱਟ ਕਰ ਦੇਗੀ ਪਰ ਇੱਕ ਚੀਜ਼ ਇੱਕ ਬੇਨਤੀ ਹੈਗੀ ਹੈ ਕਿ ਜਦੋਂ ਉਹ ਤੁਹਾਨੂੰ ਕਾਲ ਕਰੇ ਤੁਸੀਂ ਫੋਨ ਚੁੱਕੋ ਕਈ ਸਾਡੇ ਸੱਜਣ ਐ ਵੀ ਹੈਗੇ ਨੇ ਸਾਨੂੰ ਇੰਸ਼ੋਰੈਂਸ ਚਾਹੀਦਾ ਠੀਕ ਹੈ ਉਹ ਫਿਰ ਜਦੋਂ ਗਾਈਡ ਕਰਦੀ ਹੈ ਨਾ ਉਹ ਕਹਿੰਦੇ ਕਿ ਸਾਨੂੰ ਲਾਸਟ ਰੰਚ ਸ਼ੇ ਕਦੇ-ਕਦੇ ਅਸੀਂ ਇੰਨੇ ਆਪਣੇ ਕੰਮ ਦੇ ਵਿੱਚ ਉਹ ਹੋ ਜਾਂਦੇ ਆ ਗਲਤ ਹੋ ਜਾਂਦੇ ਆ ਕਿ ਅਸੀਂ ਭੁੱਲ ਜਾਂਦੇ ਕਿ ਇੰਸ਼ੋਰੈਂਸ ਦਾ ਵੀ ਅਸੀਂ ਉਹ ਪੇਪਰਵਰਕ ਦੇਣਾ ਹੈ ਹੈਨਾ ਤੇ ਉਹ ਮਹੀਨਾ ਲੰਘ ਜਾਂਦਾ 2 ਮਹੀਨੇ ਲੰਘ ਜਾਂਦੇ ਨੇ ਜਦੋਂ 2 ਜਾਂ 3 ਹਫ਼ਤੇ ਲੰਘ ਗਏ ਨਾ ਤੁਸੀਂ ਸਮਝੋ ਕਿ ਤੁਹਾਡਾ ਕੋਰਟ ਜਿਹੜਾ ਹੈਗਾ ਉਹ ਫਿਰ ਸਾਨੂੰ ਉਹ ਲੈਣਾ ਪਏਗਾ ਦੁਬਾਰਾ ਲੈਣਾ ਪਏਗਾ ਦੁਬਾਰਾ ਦੁਬਾਰਾ ਲੈਣਾ ਪਏਗਾ ਸੋ ਜਦੋਂ ਵੀ ਅਸੀਂ ਕਹੀਏ ਕਿ ਇਹ ਪੇਪਰਵਰਕ ਈ ਤੁਸੀਂ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਤੁਸੀਂ ਸਾਨੂੰ ਪਹੁੰਚਾ ਦਿਓ ਰੇਟ ਤੱਕ ਹੀ ਉਹ ਹੀ ਜੋ ਰੇਟ ਹੈ ਉਹ ਅਸੀਂ ਸੈੱਟ ਕਰਕੇ ਤੁਹਾਨੂੰ ਦੇ ਸਕੀ ਐ ਜੀ ਅੱਛਾ ਤੁਸੀਂ ਕੀਤੀ ਵੀ ਉਹ ਫੋਨ ਕਰੇਗੀ ਆਪਾਂ ਰੁਕਸਾਨਾ ਦੀ ਗੱਲ ਚੈੱਕ ਕੀਤੀ ਨੇ ਜੀ ਤੇ ਕਈ ਵਾਰੀ ਫਿਰ ਉਹ ਪੰਜਾਬੀ ਦੀ ਪ੍ਰੋਬਲਮ ਜੀ ਆ ਜਾਂਦੀ ਇੰਗਲਿਸ਼ ਦੀ ਕਿਸੇ ਬੰਦੇ ਨੂੰ ਤੇ ਫਿਰ ਉਹ ਕਿਸੇ ਹੋਰ ਨਾਲ ਗੱਲ ਕਰਾ ਦਿੰਦੀ ਐ ਕੋਈ ਗੱਲ ਨਹੀਂ ਜਾਂ ਤੇ ਪ੍ਰਿਤਪਾਲ ਜਾਂ ਤੇ ਮੈਂ ਅਸੀਂ ਥਰੀ ਵੇ ਕਾਲ ਦੇ ਉੱਤੇ ਲਗਾ ਲੈਂਦੇ ਆ ਤੇ ਰੁਕਸਾਨਾ ਸਾਨੂੰ ਦੱਸ ਦਿੰਦੀ ਐ ਕਿਉਂਕਿ ਉਹ ਲਾਇਸੈਂਸ ਇੰਸ਼ੋਰੈਂਸ ਏਜੰਟ ਹੈਗੀ ਐ ਨਾ ਜੀ ਤੇ ਲੀਗਲੀ ਉਹ ਉਹਦਾ ਉਹ ਹੈਗਾ ਵੀ ਕਿ ਉਹ ਦੱਸ ਸਕਦੀ ਹੈ ਰੇਟਸ ਤੇ ਹੈ ਸੋ ਉਹ ਸਾਡੇ ਨਾਲ ਫੋਨ ਤੇ ਉੱਤੇ ਹੁੰਦੀ ਅਸੀਂ ਟ੍ਰਾਂਸਲੇਟ ਕਰ ਦਿੰਦੇ ਆ ਕੋਈ ਉਹਦਾ ਅਰਜਨੀਆ ਅਸੀਂ ਜੇ ਕਿਸੇ ਨੂੰ ਪੰਜਾਬੀ ਸਪੀਕਿੰਗ ਦੀ ਉਹ ਲੋੜ ਹੈ ਤੇ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰ ਸਕਗਾ ਅਕਸਾਨਾ ਨੂੰ 3-ਵੇ ਕਾਲ ਤੇ ਉੱਤੇ ਲਗਾ ਕੇ ਜਾਂ ਪ੍ਰਤਪਾਲ ਜਾਂ ਗੁਰਪ੍ਰੀਤ ਜਾਂ ਅਨਮੋਲ ਸਾਡੇ ਕਈ ਹੈਗੇ ਨੇ ਜਿਹੜੇ ਮੋਸਟਾਫ ਉੱਥੇ ਮੈਂ ਦੇਖਿਆ ਤੁਹਾਡੇ ਪੰਜਾਬੀ ਸਟਾਫ ਕਾਫੀ ਹੈ ਤੁਹਾਡੇ ਆਫਿਸ ਵਿੱਚ ਹੁਣ ਤੇ ਅਸੀਂ ਹੋਰ ਵੀ ਐਡ ਕਰਦੇ ਪਿਆ ਹਾਂ ਅੱਛਾ ਅੱਛਾ ਹਾਂਜੀ ਤੇ ਅੱਛਾ ਨਾਲ ਦੀ ਨਾਲ ਅਸੀਂ ਗੱਲ ਜਿਹੜੀ ਅਗਲੀ ਇਹ ਕਰਨੀ ਚਾਹੁੰਦੇ ਆ ਕਿ ਇਹ ਇੰਸ਼ੋਰੈਂਸ ਦੀ ਗੱਲ ਹੋ ਗਈ 2000 ਤੋਂ 7000 ਤੱਕ ਪਾਰ ਟਰੱਕ ਬਸ ਸਕਦਾ ਮਤਲਬ ਫੋਨ ਕਰਕੇ ਤੁਹਾਨੂੰ ਪਤਾ ਲੱਗ ਜਾਏ ਕਿਵੇਂ ਪਹਤਾ ਸਕਦਾ ਹਾਂ ਜੀ ਤੇ ਹੁਣ ਅਗਲੀ ਗੱਲ ਜਿਹੜੀ ਕਰਦੇ ਆ ਫਿਊਲ ਡਿਸਕਾਊਂਟ ਕਾਰਡ ਜਿਹੜਾ ਤੇ ਉਹ ਵੀ ਅਗਰ ਕੱਲਾ ਕਿਸੇ ਨੇ ਲੈਣਾ ਤਾਂ ਤਾਂ ਕੀ ਪ੍ਰੋਸੀਜਰ ਆ ਜੇ ਤੁਹਾਡੇ ਨਾਲ ਫੈਕਟਰੀਂਗ ਵੀ ਕਰਦੇ ਨੇ ਇੰਸ਼ੋਰੈਂਸ ਵੀ ਕਰਾਈ ਆ ਤਾਂ ਕਿ ਫਿਊਲ ਕਾਰਡ ਵੀ ਹੈਗਾ ਤੇ ਉਹਨੂੰ ਉਹਦੇ ਵਾਸਤੇ ਕੀ ਚਾਹੀਦਾ ਭਾਜੀ ਉਹ ਹੀ ਸੇਮ ਵੈਰੀ ਸਿੰਪਲ ਪ੍ਰੋਸੀਜਰ ਜਿਹੜੀ ਚੀਜ਼ ਦੀ ਵੀ ਲੋੜ ਹੈ ਇਸ ਨੰਬਰ ਤੇ ਤੁਸੀਂ ਕਾਲ ਕਰ ਲਓ ਜੀ ਤੇ ਤੁਸੀਂ ਦੱਸਦੇ ਹੋ ਦੇਖੋ ਸਾਨੂੰ ਫਿਊਲ ਦੇ ਉਹ ਚਾਹੀਦੇ ਨੇ ਫਿਊਲ ਕਾਰਡਸ ਫਿਊਲ ਕਾਰਡਸ ਅਸੀਂ ਪਹਿਲੇ ਪੁੱਛਾ ਗਏ ਕਿ ਤੁਹਾਡੇ ਕੋ ਕਿੰਨੇ ਟਰੱਕ ਨੇ ਤੁਸੀਂ ਕਿੰਨਾ ਚਲਾਉਂਦੇ ਹੋ ਤੁਸੀਂ ਤੁਹਾਡੇ ਕੋਲ ਜਿਹੜੇ ਤੁਹਾਡੇ ਕੋਲ ਫਿਊਲ ਕਾਰਡਸ ਹੈਗੇ ਨੇ ਉਹ ਤੋਂ ਕਿੰਨਾ ਕੁ ਤੁਹਾਨੂੰ ਡਿਸਕਾਊਂਟ ਮਿਲਦਾ ਪਿਆ ਵੇ ਹੁਣ ਇੱਕ ਸੱਜਣ ਨੇ ਮੈਨੂੰ ਕਾਲ ਕੀਤੀ ਸੀ ਭਾਜੀ ਸਾਨੂੰ ਜੀ ਸੀਗਾ 55 ਸੈਂਟ ਪਰ ਗੈਲਨ ਮਿਲਦਾ ਪਿਆ ਵੇ ਮੈਂ ਕਿਹਾ ਪਰ ਇਹ ਹੋ ਹੀ ਨਹੀਂ ਸਕਦਾ ਅਸੀਂ ਕਾਸਟ ਪਲੱਸ ਦੇ ਉੱਤੇ ਹੋਵੋਗੇ ਤੇ ਉਹ ਵੇਰੀਏਬਲ ਰੇਟ ਹੋਏਗਾ ਤੁਸੀਂ ਸਾਨੂੰ ਨਾ ਆਪਣੀ ਜਿਹੜੀ ਫਿਊਲ ਦੀ ਉਹ ਹੈਗੀ ਆ ਉਹ ਪੇਜ ਦਿਓ ਉਹਨਾਂ ਨੇ ਭੇਜਿਆ ਅਸੀਂ ਪੂਰਾ ਕੈਲਕੂਲੇਟਰ ਬੈਠ ਕੇ ਕੈਲਕੂਲੇਟ ਕੀਤਾ ਉਹਨਾਂ ਨੂੰ ਬਸ 14 ਸੈਂਟ ਪਰ ਗੈਲਨ ਮਿਲਦੇ ਪਏ ਨੇ ਤੇ ਫਿਰ ਉਹ ਮਤਲਬ ਕਿਵੇਂ ਕਹਿੰਦੇ ਸੀ 55 ਸੈਂਟ ਮਿਲਕ ਉਹ ਦੇਖੋ ਜਦੋਂ ਸੇਲਸ ਰੈਪ੍ਰੈਜ਼ੈਂਟੇਟਿਵ ਤੁਹਾਡੇ ਨਾਲ ਗੱਲ ਕਰਦਾ ਨਾ ਉਹ ਕਹਿੰਦਾ ਹਾਂ ਜੀ ਤੁਹਾਨੂੰ ਤੁਹਾਨੂੰ 55 ਸੈਂਟ ਪਰ ਗੈਲਨ ਮਿਲੇਗਾ ਜੀ ਪਰ ਐ ਨਹੀਂ ਦੱਸਦਾ ਕਿ ਜੇ ਤੁਸੀਂ ਇਸ ਇਸ ਫਿਊਲ ਸਟੇਸ਼ਨ ਤੋਂ ਹੀ ਭਰੋਗੇ ਉਦੋਂ ਹੀ ਮਿਲੇਗਾ ਹਾਂ ਇਹ ਵਿੱਚ ਮਤਲਬ ਚੋਰ ਮੋਰੀ ਜਿਹੜੀ ਹੈਗੀ ਆ ਬਿਲਕੁਲ ਤੇ ਜਿਹੜੀ ਕਿ ਅਸੀਂ ਪਹਿਲਾਂ ਨਹੀਂ ਸੋਚਦੇ ਇਹ ਨਤਨ ਜੀ ਹਾਂਜੀ I mean ਜਿਹੜਾ ਬੰਦਾ ਹੈਗਾ ਉਹ ਸੋਚਦਾ ਚਲੋ ਠੀਕ ਹੈ 55 ਪੈਸੇ ਪਰ ਗੈਲਨ ਜਿਹੜਾ ਹੈਗਾ ਹਰ ਜਗ੍ਹਾ ਤੇ ਮੈਨੂੰ ਮਿਲ ਜਾਏਗਾ ਪਰ ਇਹ ਗੱਲ ਸਹੀ ਨਹੀਂ ਹੈ ਗੱਲ ਇਹ ਵੇ ਕਿ ਡਿਫਰੈਂਟ ਡਿਫਰੈਂਟ ਜਿਹੜੇ ਸਟੇਸ਼ਨਸ ਨੇ ਉੱਥੇ ਡਿਫਰੈਂਟ ਡਿਫਰੈਂਟ ਡਿਸਕਾਊਂਟ ਦੇ ਨੇ ਹੈ ਕਿ ਇਹ ਕਹਿੰਦੇ ਨੇ ਵੇ ਡਿਸਕਾਊਂਟ ਜਾਂ ਕੋਸਟ ਪਲੱਸ ਹੈਨਾ ਅਸੀਂ ਫਲੈਟ ਰੇਟ ਡਿਸਕਾਊਂਟ ਦੇ ਦਿੰਦੇ ਹਾਂ ਉਹ ਜੇ ਸਮਝੋ ਅਸੀਂ 18 ਸੈਂਟ ਪਰ ਗੈਲਨ ਰਾਈਟ ਜਾਂ 20 ਸੈਂਟ ਜਾਂ 25 ਸੈਂਟ ਜਾਂ ਜੋ ਵੀ ਰੇਟ ਨਿਕਲਿਆ ਰਾਈਟ ਉਹ ਫਲੈਟ ਰੇਟ ਹੋਏਗਾ ਜਿੱਥੇ ਵੀ ਤੁਸੀਂ ਜਾਓਗੇ ਉਹੀ ਰੇਟ ਤੁਹਾਨੂੰ ਮਿਲੇਗਾ ਹੀ ਮਿਲੇਗਾ ਸੋ ਉਹਦਾ ਜਿਹੜਾ ਫਾਇਦਾ ਉਹ ਜੇ ਤੁਸੀਂ ਹੁਣ ਐਵਰੇਜ ਕੱਢੋ ரைਟ 20 ਸੈਂਟ ਪਰ ਗੈਲਨ ਤੁਹਾਨੂੰ ਚੰਗਾ ਪੈਂਦਾ ਜਾਂ ਜੇ ਵੀਰ ਰੇਟ ਉੱਤੇ ਤੁਸੀਂ 15 ਸੈਂਟ ਜਾਂ 14 ਸੈਂਟ ਪਰ ਗੈਲਨ ਲੈ ਰਹੇ ਹੋ ਹਾਂਜੀ ਜੀ ਇਹ ਵੀ ਹੋ ਗਿਆ ਵੀ ਇੱਕ ਸਿਰਫ ਪਾਰਟੀਕੂਲਰ ਗੈਸ ਸਟੇਸ਼ਨ ਤੋਂ ਹੀ ਤੁਹਾਨੂੰ ਡਿਸਕਾਊਂਟ ਮਿਲਣਾ ਹੈ ਬਿਲਕੁਲ ਤੇ ਫਿਰ ਉਸ ਗੈਸ ਸਟੇਸ਼ਨ ਉੱਪਨ ਲਈ ਕਿਵਰੀ ਕਿੰਨੀ ਗੈਸ ਬੰਦਾ ਲਾ ਦਿੰਦਾ ਹਾਂਜੀ ਬਿਲਕੁਲ ਤੇ ਕੰਪਾਸ ਦੀ ਅਗਰ ਗੱਲ ਕਰੀਏ ਤਾਂ ਕੰਪਾਸ ਦਾ ਕਿਸੇ ਖਾਸ ਗੈਸ ਸਟੇਸ਼ਨ ਨਾਲ ਕੋਲੈਬੋਰੇਸ਼ਨਾਂ ਜਾਂ ਕਿਸੇ ਵੀ ਗੈਸ ਸਟੇਸ਼ਨ ਤੋਂ ਗੈਸ ਪਾ ਸਕਦੇ ਆ ਦੇਖੋ ਸਾਡੇ ਕੋਲ ਬੈਸਟ ਬੈਸਟ ਡਿਸਕਾਊਂਟ ਜਿਹੜਾ ਹੈਗਾ ਪਾਇਲਟ ਫਲਾਈਂ ਜੇ ਨਾਲ ਤੁਹਾਨੂੰ ਮਿਲੇਗਾ ਤੇ ਉਹ ਹਰ ਜਗ੍ਹਾ ਤੇ ਨਹੀਂ ਰਾਈਟ ਅਸੀਂ ਹੱਲੇ ਗੱਲ ਕਰ ਰਿਹਾ ਥੋੜੇ ਜਿਹਾ ਹੋਰ ਲਵਜ਼ ਦੇ ਨਾਲ ਵੀ ਆਪਾਂ ਕੰਮ ਕਰਦੇ ਆ ਪਰ ਉਹਨਾਂ ਦਾ ਜਿਹੜਾ ਡਿਸਕਾਊਂਟ ਹੈ ਬਹੁਤ ਵੇਰੀਏਬਲ ਹੈ ਆਪਣੇ ਜਿਹੜੇ ਵੀਰ ਭੈਣ ਭਰਾ ਨੇ ਮੈਂ ਉਹਨਾਂ ਨੂੰ ਕਹਿੰਦਾ ਦੇਖੋ ਤੁਸੀਂ ਪਾਇਲਟ ਤੇ ਰਕੋ ਤੁਹਾਨੂੰ ਉਹੀ ਫਲੈਟ ਰੇਟ ਮਿਲਦਾ ਹੀ ਰਹੇਗਾ ਪਾਇਲਟ ਰੋਡ ਰੇਂਜਰ ਨਾਲ-ਨਾਲ ਲਵਜ਼ ਵੀ ਨੇ ਅਸੀਂ ਕੋਸ਼ਿਸ਼ ਕਰ ਰਿਹਾ ਕਿ ਹੁਣ ਸਪੀਡਵੇ ਵੀ ਆ ਗਿਆ ਵੇ ਜੀ ਸੋ ਹੌਲੀ 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 ਅਸੀਂ ਹੋਰ ਐਡ ਕਰਦੇ ਜਾਂਦੇ ਆ ਪਰ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਦੇਖੋ ਇਹ ਜਿਹੜਾ ਹੈਗਾ ਸਟੇਸ਼ਨ ਇੱਥੇ ਤੁਹਾਨੂੰ ਵੱਧ ਤੋਂ ਵੱਧ ਡਿਸਕਾਊਂਟ ਮਿਲੇਗਾ ਤੁਸੀਂ ਇੱਥੇ ਜਾਓ ਹੁਣ ਅਪ ਟੂ ਯੂ ਤੁਸੀਂ ਕਿੱਥੇ ਜਾਂਦੇ ਹੋ ਕਿੱਥੇ ਨਹੀਂ ਜਾਂਦੇ ਕਿੰਨਾ ਕੁ ਪੈਸਾ ਪਚਾਉਣਾ ਮੁਕਤੀ ਗੱਲ ਇਹ ਆ ਜੀ ਇੱਕ ਵਾਰੀ ਫੋਨ ਕਰਕੇ ਜ਼ਰੂਰ ਕਾਲ ਕਰ ਲੈਣ ਸਾਡੇ ਦਰਸ਼ਕ ਜਿਹੜੇ ਵੀ ਹੈਗੇ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਟਰਕਿੰਗ ਫੰਡਿੰਗ ਦੀ ਗੱਲ ਅਸੀਂ ਹਮੇਸ਼ਾ ਕਰੀਦੀ ਆ ਔਰ ਇਹਦੇ ਚ ਜਿਵੇਂ ਤੁਸੀਂ ਆ ਲੁੱਕ ਉਹਲੇ ਬਹੁਤ ਨੇ ਜਿਵੇਂ ਹਰ ਬਿਜ਼ਨਸ ਦੇ ਵਿੱਚ ਹੁੰਦੇ ਆ ਇਹਦੇ ਚ ਵੀ ਇਸ ਕਈ ਵਾਰੀ ਸੋਚਦੇ ਨਹੀਂ ਹੈਗੇ ਵੀ ਆ 2 ਸੈਂਟ 4 ਸੈਂਟ ਨਾਲ ਕੀ ਫਰਕ ਪੈਣਾ ਤੇ ਪਰ ਉਹ 2 ਸੈਂਟ 4 ਸੈਂਟ ਕਰਕੇ ਅਗਲਾ ਬੰਦਾ ਲੱਖਾਂ ਕਰੋੜਾ ਡਾਲਰ ਕਮਾ ਲੈਂਦੇ ਹੁਣ ਦੇਖੋ ਲਗਭਗ ਤੁਸੀਂ ਲਗਾਓ 300 ਤੁਸੀਂ ਬਚਾ ਸਕਦੇ 300 ਡਾਲਰ ਹਫਤੇ ਦੇ ਵਿੱਚ ਜੀ ਹੈਨਾ 1200 ਹੋ ਗਏ ਮਹੀਨੇ ਦੇ ਵਿੱਚ ਪਰ ਟਰੱਕ ਹੋ ਗਿਆ ਹੁਣ ਸਾਲ ਦੇ ਵਿੱਚ ਤੇ 14400 ਤੁਸੀਂ ਲਗਾ ਲਓ ਕ੍ਰੈਟ ਹਰ ਇੱਕ ਹਰ ਇੱਕ ਪੈਣੀ ਜੇ ਤੁਸੀਂ ਕਿਤੇ ਵੀ ਬਚਾ ਸਕੋਗੇ ਨਾ ਤੁਹਾਡਾ ਫਾਇਦਾ ਹੋਏਗਾ ਜੀ ਬਿਲਕੁਲ ਬਿਲਕੁਲ ਤੇ ਹਾਂਜੀ ਸਪੈਸ਼ਲੀ ਹੋਣ ਕਿਉਂਕਿ ਜਿਹੜੇ ਫਿਊਲ ਰੇਟਸ ਨੇ ਬਹੁਤ ਵਧਦੇ ਪਏ ਤੇ ਜਿਹੜਾ ਸਪਾਰਟ ਰੇਟ ਹੈਗਾ ਉਹ ਹਲੇ ਹੁਣ ਉੱਥੇ ਹੀ ਟਿਕਿਆ ਪਿਆ ਹੋਵੇ ਨਾ ਉੱਤੇ ਜਾ ਰਿਹਾ ਨਾ ਥੱਲੇ ਜਾ ਰਿਹਾ ਅੱਛਾ ਜੇ ਇਹ ਵੀ ਹੈਗਾ ਨਾਲ ਵੀ ਜੇ ਫਿਊਲ ਰੇਟ ਵਧਦੇ ਨੇ ਤੇ ਸਪਾਰਟ ਰੇਟ ਘਟ ਰ ਸਕਦਾ ਹਾਂਜੀ ਹੈਗਾ ਸਪਾਰਟ ਰੇਟ ਜਿਹੜਾ ਉਹ ਮੇਨਲੀ ਹੈਗਾ ਕਿ ਕਿੰਨੇ ਲੋਡ ਨੇ ਕਿੰਨੇ ਡਰਾਈਵਰ ਨੇ ਉਹਦੇ ਉੱਤੇ ਉਹ ਕੈਲਕੂਲੇਸ਼ਨ ਚੱਲਦੀ ਹੈ ਨਾ ਪਰ ਜਿਹੜਾ ਫਿਊਲ ਹੈ ਫਿਊਲ ਦੀ ਵੀ ਹੁਣ ਕੈਰਨ ਫਿਊਲ ਦੀ ਸ਼ੋਰਟੇਜ ਹੋ ਰਹੀ ਹੈ ਫਿਊਲ ਰੇਟਸ ਵੱਧਦੇ ਪੈਣੇ ਆ ਹੋ ਰਿਹਾ ਉਹ ਹੋ ਰਿਹਾ ਵੇ ਸੋ ਜਿਹੜਾ ਡਿਸਕਾਊਂਟ ਹੈ ਫਿਰ ਲੋਡ ਤੇ ਜ਼ਰੂਰੀ ਹੈਗਾ ਵੇ ਜੀ ਅੱਛਾ ਅਸੀਂ ਤਿੰਨਾਂ ਦੀ ਗੱਲ ਦੁਬਾਰਾ ਕਰਾਂਗੇ ਇੱਕ ਤਾਂ ਫੈਕਟਰੀਂਗ ਦੀ ਗੱਲ ਹੋ ਗਈ ਬਿਲਕੁਲ ਸੈਕੰਡ ਹੋਗੀ ਜੀ ਇੰਸ਼ੋਰੈਂਸ ਦੀ ਤੇ ਥਰਡ ਹੋਗੀ ਫਿਊਲ ਡਿਸਕਾਊਂਟ ਕਾਰਡ ਦੀ ਇਹ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਪ੍ਰਾਪਤ ਕਰ ਸਕਦੇ ਨੇ ਸਿਰਫ ਅਮਰੀਕਾ ਦੇ ਵਿੱਚ ਹੀ ਹੈਗਾ ਜਾਂ ਕੈਨੇਡਾ ਵਗੈਰਾ ਕਿਉਂਕਿ ਕੈਨੇਡਾ ਅਮਰੀਕਾ ਦੀ ਹੁਣ ਇੱਕ ਗੱਲ ਫੇਅਰ ਹੋ ਜਾਏਗੀ ਉਹ ਆਵਾਜਾਈ ਪੰਜ ਲਾਈ ਤੋਂ ਖੁੱਲ ਰਹੀ ਹੈ ਸਾਰੀ ਬਿਲਕੁਲ ਤੇ ਇੱਕੋ ਜਿਹਾ ਸਾਰਾ ਕੁਝ ਹੋ ਜਾਏਗਾ ਤੇ ਇਹ ਤੁਹਾਡਾ ਇਹ ਤਿੰਨੇ ਚੀਜ਼ਾਂ ਕਿੱਥੇ ਕਿੱਥੇ ਵਲੇਬਲ ਨੇ ਜਿਹੜੀ ਫੈਕਟਰੀਿੰਗ ਹੈ ਦੇਖੋ ਫੈਕਟਰੀਿੰਗ ਤੇ ਇੰਸ਼ੋਰੈਂਸ ਉਹ ਕੰਟੀਨੈਂਟਲ ਯੂਐਸ ਦੇ ਵਿੱਚ ਅਸੀਂ ਕਰ ਸਕਦੇ ਆ ਪਰ ਜਿਹੜੀ ਫਿਊਲ ਦੀ ਗੱਲ ਹੈ ਉਹ ਯੂਐਸ ਵਿੱਚ ਤੇ ਕੈਨੇਡਾ ਦੇ ਵਿੱਚ ਸੋ ਜੇ ਸਾਡੇ ਕੋਈ ਵੀਰ ਭੈਣ ਨੇ ਜਿਹੜੇ ਕੈਨੇਡਾ ਚ ਵੀ ਕਰਨਾ ਚਾਹੁੰਦੇ ਹੋ ਹਨ ਹੈਨਾ ਅਸੀਂ ਤੁਹਾਨੂੰ ਡਿਸਕਾਊਂਟ ਦੇ ਸਕਦੇ ਆ ਕੋਈ ਹੋਰ ਤੇ ਇੱਕ ਜਿਵੇਂ ਹੁੰਦਾ ਕਿ ਅਕਸਰ ਫਰੈਂਚਾਈਜ਼ ਟਾਈਪ ਕੁਝ ਹੁੰਦਾ ਹੈ ਇਹੋ ਜਿਹਾ ਵੀ ਤੁਹਾਡੀ ਕੰਪਨੀ ਦਾ ਕੁਝ ਹੈਗਾ ਕਿਸੇ ਗਾਂ ਕੋਈ ਤੁਹਾਡਾ ਡੀਲਰ ਬਣਨਾ ਚਾਹੁੰਦਾ ਸਬ ਡੀਲਰ ਕੁਛ ਇਦਾਂ ਦਾ ਹੁੰਦਾ ਕਿ ਨਹੀਂ ਹੁੰਦਾ ਉਹ ਅਸੀਂ ਕਰ ਸਕਦੇ ਹਾਂ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਦੇਣਾ ਜੇ ਤੁਸੀਂ ਇਸ ਨੰਬਰ ਤੇ ਕਾਲ ਕੀਤਾ ਮੇਰਾ ਨਾਮ ਤੁਸੀਂ ਮੇਰੇ ਮੈਂ ਮੇਰੇ ਲਈ ਉਹ ਪੁੱਛ ਲੈਣਾ ਕਿ ਤੁਸੀਂ ਦਵਿੰਦਰ ਸਿੰਘ ਨਾਲ ਗੱਲ ਕਰਨੀ ਹੈ ਕੀ ਗੱਲ ਐਵੇਂ ਤੁਸੀਂ ਇੰਜ ਦਾ ਕੰਮ ਕਰਨਾ ਵੇ ਤੇ ਅਸੀਂ ਉਹ ਵੀ ਤੁਹਾਡੇ ਸੈੱਟ ਕਰਦਾ ਕਿ ਕੋਈ ਕੋਈ ਫਿਕਰ ਨਾ ਕਰਨਾ ਜੀ ਅੱਛਾ ਕੈਂਪਸ ਦੀ ਗੱਲ ਕਰੀਏ ਅਸੀਂ ਹਮੇਸ਼ਾ ਫੰਡਿੰਗ ਦੀ ਗੱਲ ਕਰੀਦੀ ਐ ਜਦ ਤੱਕ ਕੈਂਪਸ ਦਾ ਤੇ ਆਪਾਂ ਉੱਥੇ ਦੇਖਿਆ ਬਹੁਤ ਵੱਡਾ ਕਾਰੋਬਾਰ ਜਿਹੜਾ ਬਹੁਤ ਵੱਡੇ ਪੱਧਰ ਤੇ ਟਰੱਕਿੰਗ ਦਾ ਕਾਰੋਬਾਰ ਟਰੱਕਿੰਗ ਨਹੀਂ ਛੱਡਦੀ ਜੇ ਤੇ ਤੁਹਾਡੇ ਅਰੀਨਾਂ ਦੇ ਵਿੱਚ ਗਏ ਸੀ ਜਦੋਂ ਕੈਂਪਸ ਦੇ ਬਿਲਕੁਲ ਤੀ ਉਦੋਂ ਹਾਲਾਕੇ ਇਹ ਆ ਕੋਵਿਡ ਦੀਆਂ ਰੈਸਟ੍ਰੈਕਸ਼ਨਾਂ ਚ ਲੱਗੀਆਂ ਹੋਈਆਂ ਸੀ ਲੱਗੀਆਂ ਹੋਈਆਂ ਸੀ ਪਰ ਉਦੋਂ ਹੀ ਤੁਹਾਡੇ ਤਿੰਨ ਫਲੋਰ ਜਿਹੜੇ ਉਹਦੇ ਪੂਰੇ ਫੁੱਲ ਸੀਗੇ ਤੇ ਹੁਣ ਗਾਂ ਖਾਸ ਤੌਰ ਤੇ ਗਰਮੀਆਂ ਚ ਜਾਂ ਜਦੋਂ ਹੁਣ ਜਮਾ ਇਹ ਖਤਮ ਹੋ ਗਈਆਂ ਹੈਗੀਆਂ ਗਾਈਡਲਾਈਨ ਦੀ ਕੋਈ ਲੋੜ ਨਹੀਂ ਤੇ ਫਿਰ ਉਦੋਂ ਕੀ ਹਾਲ ਹੁੰਦਾ ਹੁਣ ਤੇ ਭਰਿਆ ਹੈ ਭਰਿਆ ਪੈਂਦਾ ਵੇ ਜੀ ਅੱਛਾ ਦੇਖੋ ਜੀ ਤਿੰਨ ਰੈਸਟੋਰੈਂਟ ਨੇ ਤੇ ਤਿੰਨ ਮੇਜਰ ਹਾਲ ਨੇ ਉੱਥੇ ਤੇ ਤੁਸੀਂ ਆਓ ਅਸੀਂ ਤੁਹਾਨੂੰ ਦਿਖਾਈਏ ਤੇ ਨਾਲ ਅਸੀਂ ਲੰਚ ਜਾਂ ਡਿਨਰ ਉੱਥੇ ਇਕੱਠੇ ਕਰੀਏ ਪਰ ਜ਼ਰੂਰ ਆਓ ਸਾਨੂੰ ਵਿਜ਼ਿਟ ਕਰੋ ਜੀ ਨਹੀਂ ਬਹੁਤ ਵਧੀਆ ਸਾਰਾ ਓਵਰ ਆਲ ਕਿਉਂਕਿ ਜਾ ਕੇ ਪਤਾ ਲੱਗਦਾ ਅਸੀਂ ਇੱਥੇ ਗੱਲ ਕਰ ਲੇਦੀ ਹੈ ਤੁਹਾਡੀ ਬਹੁਤ ਵਧੀਆ ਬਿਲਡਿੰਗ ਨੇ ਸਾਡੇ ਦਰਸ਼ਕਾਂ ਨੇ ਦੇਖਿਆ ਹੋਊਗਾ ਅਸੀਂ ਸਾਰਾ ਦਿਖਾਇਆ ਅਸੀਂ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਇੰਟਰਵਿਊ ਉੱਤੇ ਕੀਤੀ ਸੀ ਜਾ ਕੇ ਸੋ ਫੰਡਿੰਗ ਕੰਪਸ ਫੰਡਿੰਗ ਦੀ ਜਿਹੜੀ ਗੱਲਬਾਤ ਚੱਰੀ ਹੈ ਤੇ ਮੈਂ ਇਹ ਚਾਹਾਂਗਾ ਜੀ ਵੀ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਪਸ ਫੰਡਿੰਗ ਸਲੂਸ਼ਨ ਦੇ ਨਾਲ ਹੀ ਕਿਉਂ ਜੁੜਨਾ ਚਾਹੀਦਾ ਦੇਖੋ ਕਈ ਰੀਜ਼ਨਸ ਨੇ ਪਰ ਮੈਂ ਇੱਕ ਦੱਸਾਂਗਾ ਕਿ ਜਿੱਥੇ ਤੁਹਾਡੇ ਆਪਣੇ ਬੰਦੇ ਨੇ ਜਿਹੜੀ ਜਿੱਥੇ ਤੁਸੀਂ ਤੁਹਾਡੀ ਆਪਣੀ ਭਾਸ਼ਾ ਬੋਲ ਸਕਦੇ ਨੇ ਸਮਝਾ ਸਕਦੇ ਨੇ ਗੱਲ ਉਸ ਲੈਂਗੁਏਜ ਦੇ ਵਿੱਚ ਉਹਦਾ ਜਿਹੜਾ ਹੈਗਾ ਵੇ ਨਾ ਉਹਦੀ ਕੀਮਤ ਬਹੁਤ ਹੈ ਰਾਈਟ ਤੁਸੀਂ ਕਿਤੇ ਹੋਰ ਜਾ ਸਕਦੇ ਹੋ ਹਾਂ ਜੀ ਪਰ ਦੇਖੋ ਜੇ ਤੁਸੀਂ ਕਿਸੇ ਬਹੁਤ ਵੱਡੀ ਕੰਪਨੀ ਦੇ ਉੱਤੇ ਆਪਣੀ ਉੱਥੇ ਜਾਓ ਉਹਨਾਂ ਦਾ ਕੀ ਹੈਗਾ ਵੇ ਮੇਨ ਏਮ ਹੈ ਪੈਸਾ ਬਣਾਉਣਾ ਜੀ ਰਾਈਟ ਜੇ ਤੁਸੀਂ ਕੰਪਸ ਵੱਲ ਆਓ ਸਾਡਾ ਮੇਨ ਏਮ ਕੀ ਹੈ ਕਿ ਤੁਹਾਨੂੰ ਸੈੱਟ ਕਰਾਣਾ ਕਿਉਂਕਿ ਅਸੀਂ ਤੁਹਾਡੀ ਕੰਪਨੀ ਵਿੱਚ ਤੁਹਾਡੇ ਵਿੱਚ ਇਨਵੈਸਟ ਕਰ ਰਿਹਾ ਜੇ ਤੁਸੀਂ ਜੇ ਤੁਹਾਡੀ ਕੰਪਨੀ ਠੀਕ ਤਰ੍ਹਾਂ ਨਾ ਚੱਲੇ ਤੇ ਸਾਡਾ ਵੀ ਕੰਮ ਠੀਕ ਤਰ੍ਹਾਂ ਨਹੀਂ ਚੱਲੇਗਾ ਜੀ ਬਿਲਕੁਲ ਬਿਲਕੁਲ ਸੋ ਸਾਡਾ ਜਿਹੜਾ ਹੈਗਾ ਵੀ ਵੀ ਹੈਲਪ ਯੂ ਗਰੋ ਵੀ ਹੈਲਪ ਯੂ ਅਚੀਵ ਯੂਰ ਗੋਲਸ ਹੈਨਾ ਅਸੀਂ ਬਸ ਉੱਥੇ ਬੈਠੇ ਨਹੀਂ ਹੋਏ ਕਿ ਤੁਹਾਡੇ ਤੋਂ ਪੈਸਾ ਖਿੱਚਣ ਲਈ ਪਰ ਐਸਲੀ ਹੈ ਗਿਆ ਕਿ ਤੁਹਾਡੇ ਲਈ ਤੁਹਾਡੀ ਮਦਦ ਕਰਨ ਲਈ ਤੁਹਾਡੀ ਹੈਲਪ ਕਰਨ ਲਈ ਕਿਉਂਕਿ ਜਦੋਂ ਤੁਸੀਂ ਬਦੋਗੇ ਅਸੀਂ ਉਦੋਂ ਹੀ ਬਤਾ ਦੇਵਾਂਗੇ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਤੇ ਉਮੀਦ ਕਰਦੇ ਹਾਂ ਜੀ ਜਿਹੜੇ ਦਰਸ਼ਕ ਸਾਡੇ ਹੈਗੇ ਨੇ ਜ਼ਰੂਰ ਇਹ ਜਾਣਕਾਰੀ ਜਿਹੜੀ ਹੈਗੀ ਹੈ ਲਾਹੇਵੰਦ ਸਿੱਧ ਹੋਏਗੀ ਕਿਉਂਕਿ ਥੋੜੇ ਥੋੜੇ ਪੈਸੇ ਦੀ ਵੀ ਅਗਰ ਗੱਲ ਕਰੀਏ ਤਾਂ ਮੇਰਾ ਖਿਆਲ ਆ ਵੀ ਬਹੁਤ ਵੱਡੇ ਫਾਇਦੇ ਅਸੀਂ ਲੈ ਸਕਦੇ ਹਾਂ ਬਹੁਤ ਜ਼ਿਆਦਾ ਪੈਸੇ ਪਰ ਮੰਥ ਅਸੀਂ ਬਚਾ ਸਕਦੇ ਹਾਂ ਜੇ ਸਾਡੇ ਕੋਲ 10 12 ਟਰੱਕ ਦੇ ਜਾਂ ਇਹ ਤੋਂ ਉੱਪਰ ਦੇ ਫੀਤਾ ਸੀ ਬਹੁਤ ਸਾਰੇ ਆਪਦੇ ਖਰਚੇ ਬਹੁਤ ਸਾਰੇ ਡਰਾਈਵਰਾਂ ਦੀਆਂ ਤਨਖਾਹਾਂ ਵਿੱਚੋਂ ਕੱਢ ਸਕਦੇ ਹਾਂ ਤੇ ਬਹੁਤ ਇੱਕ ਬੈਂਕ ਬੈਲੈਂਸ ਵੀ ਬਣਾ ਸਕਦੇ ਹਾਂ ਬਿਲਕੁਲ ਬਿਲਕੁਲ ਤੰਪਸ ਦੇ ਨਾਲ ਜੁੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਤੁਸੀਂ ਸਾਡੇ ਨਾਲ ਜੁੜੇ ਔਰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਤੁਹਾਨੂੰ ਪਿਆਰ ਭਰੀ ਸਰਟੀਫਿਕੇਟ ਦੱਸ ਸਕਦਾ ਹਾਂ ਤੇ ਉਮੀਦ ਕਰਦੇ ਜੀ ਇਹ ਜਾਣਕਾਰੀ ਹੈਗੀ ਈਮੇਲ ਕਰ ਸਕਦੇ ਹੋ ਮੈਨੂੰ jagi@broadcastings.com ਜਾਂ info@broadcastings.com ਇਹਨਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਇਹਨਾਂ ਦਾ ਡਾਇਰੈਕਟ ਨੰਬਰ ਚਾਹੀਦਾ ਉਹ ਦੇ ਸਕਦੇ ਆ ਅਦਰਵਾਈਜ਼ ਨੰਬਰ ਜਿਹੜਾ 1888360 ਤੇ 4237 ਹੈਗਾ ਇੱਥੇ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਿਆ ਪ੍ਰੀਤ ਸਤਿ ਸ੍ਰੀ ਅਕਾਲ